ਦੇਸ਼ ਪ੍ਰਦੇਸ਼ ਲਾਈਵ ਦੇ ਵਿੱਚ ਇੱਕ ਵਾਰੀ ਫੇਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਔਰ ਖਾਸ ਤੌਰ ਤੇ ਨਿਊਜ਼ੀਲੈਂਡ ਜਾਣ ਵਾਲੇ, ਨਿਊਜ਼ੀਲੈਂਡ ਦੇ ਚਾਹਨਾ ਰੱਖਣ ਵਾਲੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ, ਕਿਉਂਕਿ ਮਿਡਵੇ ਤੋਂ ਜਗਜੀਤ ਜੀ ਸਾਡੇ ਨਾਲ ਨੇ, ਜੋ ਕੰਪਨੀ ਵਿਸ਼ੇਸ਼ ਤੌਰ ਤੇ ਸਿਰਫ ਤੇ ਸਿਰਫ ਨਿਊਜ਼ੀਲੈਂਡ ਨੂੰ ਪ੍ਰਮੋਟ ਕਰਦੀ ਹੈ, ਨਿਊਜ਼ੀਲੈਂਡ ਬਾਰੇ ਜਾਣਕਾਰੀ ਦਿੰਦੀ ਹੈ, ਨਿਊਜ਼ੀਲੈਂਡ ਬਾਰੇ ਸਾਰੇ ਕਾਲਜਸ ਦੇ ਨਾਲ ਟਾਈ ਅਪਸ ਕੀਤੇ ਹੋਏ ਨੇ। ਸੋ ਅੱਜ ਦਾ ਐਪੀਸੋਡ ਵੀ ਪੂਰਨ ਤੌਰ ਤੇ ਡੈਡੀਕੇਟਡ ਹੈ ਨਿਊਜ਼ੀਲੈਂਡ ਨੂੰ। ਪਿਛਲੇ ਸ਼ੋਅ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਇਹਨਾਂ ਵੱਲੋਂ ਹਾਈ ਕਮਿਸ਼ਨ ਨਾਲ ਇੱਕ ਮੀਟਿੰਗ ਦੇ ਦੌਰਾਨ ਕਾਫੀ ਸਾਰੇ ਪੁਆਇੰਟ ਨਿਕਲੇ ਸੀ, ਤੁਹਾਡੇ ਨਾਲ ਸਾਂਝੇ ਕੀਤੇ। ਅੱਜ ਜਿਹੜੀ ਅਸੀਂ ਗੱਲ ਕਰਨੀ ਉਹ ਇਹ ਕਿ ਨਿਊਜ਼ੀਲੈਂਡ ਦੀ ਐਜੂਕੇਸ਼ਨ ਪੰਜਾਬੀਆਂ ਲਈ ਕਿਵੇਂ ਬੈਨੀਫਿਸ਼ੀਅਲ ਹੈ, ਕਿਵੇਂ ਫਿਊਚਰ ਦੇ ਵਿੱਚ ਅਸੀਂ ਜਿਹੜੀ ਆਪਣੀ ਕਰੀਅਰ ਦੀ ਪਲਾਨਿੰਗ ਹੈ ਉਹ ਕਰ ਸਕਦੇ ਹਾਂ। ਇਸ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਟੈਕਨੀਕਲ ਚੀਜ਼ਾਂ ਨੇ, ਪਰ ਇੱਕ ਪੁਆਇੰਟ ਬਹੁਤ ਵੈਲਿਡ ਅਸੀਂ ਪਿਛਲੇ ਸ਼ੋਅ ਦੇ ਵਿੱਚ ਉਠਾਇਆ ਸੀਗਾ, ਉਹ ਸੀਗਾ ਜਗਜੀਤ ਜਿਨ੍ਹਾਂ ਨੇ ਕਿਹਾ ਸੀ ਕਿ ਇੱਕ ਕੰਸਲਟੈਂਸੀ ਕੀ ਚੀਜ਼ ਹੈ, ਇੱਕ ਵਿਦਿਆਰਥੀ ਨੂੰ ਦੱਸਣਾ ਕਿ ਉਹ ਪ੍ਰਾਈਵੇਟ ਕਾਲਜ ਜਾ ਸਕਦਾ, ਸਰਕਾਰੀ ਜਾ ਸਕਦਾ, IPP ਜਾ ਸਕਦਾ, ਉਹਨੂੰ ਕਿਸ ਤਰ੍ਹਾਂ ਦਾ ਕੋਰਸ ਚੂਜ਼ ਕਰਨਾ ਚਾਹੀਦਾ, ਉਹਦਾ ਫਿਊਚਰ ਪਲਾਨਿੰਗ ਕੀ ਹੈ। ਇਹ ਇੱਕ ਕੰਸਲਟੈਂਸੀ, ਇੱਥੋਂ ਸ਼ੁਰੂਆਤ ਕਰਾਂਗੇ ਕਿਸ ਤਰ੍ਹਾਂ ਦੇ ਕਾਲਜ ਉੱਥੇ ਅਵੇਲੇਬਲ ਨੇ, ਕਿਸ ਤਰ੍ਹਾਂ ਦੀ ਕੰਸਲਟੈਂਸੀ ਹੋਣੀ ਚਾਹੀਦੀ ਹੈ, ਕਿਉਂਕਿ ਸਾਰੇ ਕਾਲਜ ਦੇ ਵਿੱਚ ਮਿਡਵੇ ਵੱਲੋਂ ਇਹ ਨਹੀਂ ਹੈ ਕਿ ਇੱਕ ਕਾਲਜ ਇਹਨਾਂ ਕੋਲ ਟਾਈ ਅਪਸ ਨੇ, ਦੂਜੇ ਦੇ ਨਹੀਂ, ਅਤੇ ਫੋਰਸ ਕਰਕੇ ਉਸੇ ਕਾਲਜ ਦੇ ਵਿੱਚ ਭੇਜਿਆ ਜਾਊਗਾ ਜਿੱਥੇ ਟਾਈ ਅਪਸ ਨੇ। ਸੋ ਹਰ ਕਾਲਜ ਦੇ ਲਈ, ਹਰ ਵਰਾਇਟੀ ਦੇ ਲਈ, ਹਰ ਤਰ੍ਹਾਂ ਦੇ ਕੋਰਸਸ ਦੇ ਲਈ, ਵਿਦਿਆਰਥੀਆਂ ਲਈ ਕਾਫੀ ਲਾਹੇਵੰਦ ਜਿਹੜੀਆਂ ਸਲਾਹ ਹੈ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਡੈਡੀਕੇਟਡ ਕਰਨ ਜਾ ਰਹੇ ਹਾਂ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਸ਼ੁਰੂ ਕਰੂੰਗਾ, ਵੈਸੇ ਤਾਂ ਅਸੀਂ ਕਾਫੀ ਸ਼ੋਆਂ ਦੇ ਵਿੱਚ ਇਹ ਜ਼ਿਕਰ ਕਰ ਚੁੱਕੇ ਹਾਂ ਕਿ ਪ੍ਰਾਈਵੇਟ ਕਾਲਜਸ, IPP ਕਾਲਜਸ, ਉੱਥੇ ਯੂਨੀਵਰਸਿਟੀਜ਼, ਉੱਥੇ ਗੌਰਮੈਂਟ ਪੋਲੀਟੈਕਨੀਕਲ ਦੇ ਨਾਲ ਪ੍ਰਾਈਵੇਟ ਦੀਆਂ ਕਾਫੀ ਸਾਰੀਆਂ, ਕਿ ਪ੍ਰਾਈਵੇਟ ਦੀਆਂ ਵੀ ਹੋਰ ਬਹੁਤ ਸਾਰੀਆਂ ਸ਼ਾਖਾਵਾਂ ਨੇ, ਉਹਨਾਂ ਬਾਰੇ ਚਰਚਾ ਕਰ ਚੁੱਕੇ ਹਾਂ। ਪਰ ਅੱਜ ਮੈਂ ਦੁਬਾਰਾ ਇਸ ਕਰਕੇ ਕਰਨ ਜਾ ਰਿਹਾ ਕਿ ਹੁਣ ਜਿਹੜੀ ਪੋਜੀਸ਼ਨਸ ਇਸ ਵਕਤ ਟਾਈਟ ਹੋਈ ਹੈ, ਜਿਹੜੀਆਂ ਗਾਈਡਲਾਈਨਸ ENZ ਆ ਰਹੇ ਬਣਨ ਤੋਂ ਬਾਅਦ ਮਿਲੀ ਨੇ, ਉਹਨਾਂ ਤਹਿਤ ਇੱਕ ਵਿਦਿਆਰਥੀ ਨੂੰ ਕਿਸ ਤਰ੍ਹਾਂ ਦੇ ਕਾਲਜਸ ਜਿਹੜੇ ਹੈਗੇ ਚੂਜ਼ ਕਰਨੇ ਚਾਹੀਦੇ ਨੇ। ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਇੱਕ ਵਿਦਿਆਰਥੀ ਨੂੰ ਗਾਈਡਲਾਈਨ ਦੇਣੀ, ਇਹ ਕੰਸਲਟੈਂਸੀ ਦੇਣੀ ਕਿ ਕਿਸ ਤਰ੍ਹਾਂ ਦੇ ਕਾਲਜ ਦੇ ਵਿੱਚ ਉਹ ਜਾ ਪਾਊਗਾ, ਪ੍ਰਾਈਵੇਟ ਕਾਲਜ ਜਾ ਪਾਊਗਾ, ਗਵਰਨਮੈਂਟ ਜਾ ਪਾਊਗਾ, ਯੂਨੀਵਰਸਿਟੀ ਜਾ ਪਾਊਗਾ, IPP ਜਾ ਪਾਊਗਾ। ਸ਼ੁਰੂਆਤ ਆਪਾਂ ਕਰ ਲੈਂਦੇ ਹਾਂ ਕਿ ਬਹੁਤ ਤੁਹਾਨੂੰ ਲੱਗਦਾ ਕਿ 20 ਵਿਦਿਆਰਥੀ ਹੈਗਾ ਉਹਦੇ ਲਈ IPP ਦੇ ਵਿੱਚ ਪਾ ਦੇਣਾ, ਯੂਨੀਵਰਸਿਟੀ 'ਚ ਪਾ ਦੇਣਾ, ਉਹ ਨੁਕਸਾਨਦਾਇਕ ਹੁੰਦਾ ਹੈ, ਕਿਵੇਂ ਤੁਸੀਂ ਇਸ ਚੀਜ਼ ਨੂੰ ਚੂਜ਼ ਕਰਦੇ ਕਿ ਵਿਦਿਆਰਥੀ ਕਿਸ ਤਰ੍ਹਾਂ ਦੇ ਇੰਸਟੀਚਿਊਟ ਦੇ ਵਿੱਚ ਪੜੂ। ਮੈਂ ਲਾਸਟ ਸ਼ੋਅ 'ਚ ਵੀ ਇਹੀ ਗੱਲ ਕਹੀ ਸੀ ਕਿ ਜਿਹੜਾ IPP ਨੂੰ ਬੇਸਿਕਲੀ ਕਈ ਏਜੰਟਸ ਨੇ ਮਿਸਯੂਜ਼ ਕੀਤਾ, ਜਿਹੜਾ ਤੁਸੀਂ ਵੈਲਿਡ ਪੁਆਇੰਟ ਇੱਕ ਕੀਤਾ ਕਿ ਅਗਰ ਕੋਈ ਸਟੂਡੈਂਟ ਵੀਕ ਸਟੂਡੈਂਟ ਆ, ਫੋਰ ਐਗਜ਼ਾਮਪਲ ਤੁਹਾਨੂੰ ਲੱਗਦਾ ਹੈ ਕਿ ਪੋਜ਼ਿਟਿਵ ਪ੍ਰੋਫਾਈਲ ਐਪਲੀਕੇਸ਼ਨ ਨਹੀਂ ਹੈ, ਉਹਨੂੰ IPP ਤੇ ਪਾ ਦਿਓ ਔਰ ਉਹਦਾ ਵੀਜ਼ਾ ਲੈ ਲਓ, ਜਲਦੀ ਲੈ ਲਓ, ਜਲਦੀ ਲੈ ਲਓ। ਲੇਕਿਨ ਐਂਡ ਆਫ ਦੀ ਡੇ ਸਟੂਡੈਂਟ ਨੂੰ ਉੱਥੇ ਜਾ ਕੇ ਪੜ੍ਹਾਈ ਕਰਨੀ ਹੈ। ਤੁਸੀਂ ਖੁਦ ਜਾ ਕੇ ਦੇਖਿਆ ਨਿਊਜ਼ੀਲੈਂਡ ਦੇ ਜਿੰਨੇ ਵੀ IPP ਸਟੂਡੈਂਟ ਗਏ ਹੋਏ ਨੇ ਕਈ ਇੰਸਟੀਟਿਊਸ਼ਨ ਤੇ, ਉਹ ਕਿੰਨੀ ਪ੍ਰੋਬਲਮ 'ਚ ਆ ਰਹੇ, ਠੀਕ ਹੈ। ਉਹ ਪ੍ਰੋਬਲਮ ਬੇਸਿਕਲੀ ਜਿਹੜੀ ਕ੍ਰੀਏਟ ਹੋਈ ਹੈ ਇੰਡੀਆ ਤੋਂ ਕ੍ਰੀਏਟ ਹੋਈ ਹੈ, ਉਹ ਤਾਂ ਹੋਈ ਹੈ ਮਾਰਕੀਟਿੰਗ ਕਰਦੇ ਸੀ ਮੇਰੇ ਕੋਲ IPP, ਮੇਰੇ ਕੋਲ IPP ਹੈ, ਤੁਸੀਂ IPP ਤੇ ਕਰ ਲਓ, ਵੀਜ਼ਾ ਹੋ ਜਾਏਗਾ, ਵੀਜ਼ਾ ਤਾਂ ਹੋ ਗਿਆ, ਸਭ ਕੁਝ ਹੋ ਗਿਆ, ਹੁਣ ਜਿਹੜਾ ਫੇਸ ਕਰਨਾ ਹੈ, ਜਿਹੜਾ ਕਹਿੰਦੇ ਨਾ ਮਿਊਜ਼ਿਕ ਨੂੰ ਜਿਹੜਾ ਫੇਸ ਕਰਨਾ ਹੈ, ਉਹ ਕਰਨਾ ਹੈ ਸਟੂਡੈਂਟ ਨੂੰ ਉੱਥੇ ਜਾ ਕੇ। ਏਜੰਟ ਨੂੰ ਕੋਈ ਫਰਕ ਨਹੀਂ ਪਿਆ, ਏਜੰਟ ਨੂੰ ਇੱਕ ਕਮਿਸ਼ਨ ਮਿਲ ਗਈ ਹੈ, ਉੱਥੇ ਜਿਹੜਾ IPP ਇੰਸਟੀਟਿਊਸ਼ਨ ਆ ਉਹ ਐਕਸਟਰਾ ਚਾਰਜ ਤੁਹਾਡੇ ਕੋਲ ਕਰ ਲੇਗਾ, ਚਾਹੇ ਇੰਗਲਿਸ਼ ਕੋਰਸ ਆ, ਚਾਹੇ ਹੋਰ ਕੋਰਸ ਆ, ਤੁਸੀਂ ਫੇਲ ਹੁੰਦੇ ਰਹੋਗੇ, ਤੁਹਾਡੇ ਐਗਜ਼ਾਮੀਨੇਸ਼ਨ ਫੀਸ ਚਾਰਜ ਕਰਦੇ ਰਹਿਣਗੇ, ਜਿਹੜਾ ਮਿਊਜ਼ਿਕ ਆ ਉਹ ਸਟੂਡੈਂਟ ਨੂੰ ਫੇਸ ਕਰਨਾ ਉੱਥੇ ਪਏਗਾ। ਇਸ ਵਾਸਤੇ ਮੈਂ ਸਟੂਡੈਂਟ ਨੂੰ ਬਾਰ ਬਾਰ ਇਹ ਕਹਿ ਰਿਹਾ ਕਿ ਤੁਸੀਂ ਇੰਡੀਆ ਤੋਂ ਹੀ ਪ੍ਰੋਪਰ ਕਾਉਂਸਲਿੰਗ ਲਓ, ਪ੍ਰੋਪਰ ਸਿਲੈਕਸ਼ਨ ਆਫ ਕਾਲਜਸ ਕਰੋ, ਇਹ ਨਹੀਂ ਕਿ ਤੁਸੀਂ ਵੀਜ਼ਾ ਲੈ ਕੇ ਉੱਥੇ ਚਲੇ ਜਾਓ, ਕਿਉਂਕਿ ਨਿਊਜ਼ੀਲੈਂਡ ਇੱਕ ਇਹੋ ਜਿਹੀ ਕੰਟਰੀ ਹੈ ਜਿੱਥੇ ਤੁਹਾਨੂੰ ਐਂਡ ਆਫ ਦੀ ਡੇ ਪੜ੍ਹਾਈ ਤੋਂ ਕਰਨੀ ਹੀ ਪਏਗੀ, ਉਹਦਾ ਤਾਂ ਹੋਰ ਕੋਈ ਰਸਤਾ ਤੋੜ ਨਹੀਂ, ਉਹਦਾ ਕੋਈ ਤੋੜ ਹੀ ਨਹੀਂ ਹੈ, ਨਾ ਹੀ ਕੋਈ ਵੇ ਆਊਟ ਹੈ। ਤੁਹਾਨੂੰ ਪੜ੍ਹਾਈ ਤਾਂ ਉੱਥੇ ਜਾ ਕੇ ਕਰਨੀ ਹੀ ਪਏਗੀ, ਜਦ ਪੜ੍ਹਾਈ ਨਹੀਂ ਕਰੋਗੇ, ਕੋਰਸ ਕੰਪਲੀਟ ਨਹੀਂ ਕਰੋਗੇ, ਨਾ ਤੁਹਾਨੂੰ ਵਰਕ ਵੀਜ਼ਾ ਮਿਲੇਗਾ, ਨਾ ਤੁਹਾਨੂੰ ਐਂਡ ਆਫ ਦੀ ਡੇ ਜਿਹੜਾ ਤੁਹਾਡਾ ਗੋਲ ਆ PR ਵਾਸਤੇ ਉਹ ਵੀ ਨਹੀਂ ਐਲੀਜੀਬਲ ਹੋਗੇ। ਤਾਂ ਪੜ੍ਹਾਈ ਤਾਂ ਕਰਨੀ ਹੀ ਪਏਗੀ, ਪਹਿਲਾ ਸਟੈਪ ਤੋਂ ਕਲੀਅਰ ਕਰਨਾ ਹੀ ਪਏਗਾ। ਇਸ ਵਾਸਤੇ ਮੈਂ ਜਿਵੇਂ ਪੁਆਇੰਟ ਇਹ ਰੇਸ ਕਰ ਰਿਹਾ ਸੀ ਕਿ ਤੁਸੀਂ ਇਹ ਨਾ ਸੋਚੋ ਕਿ ਵੀਜ਼ਾ ਮੇਰਾ ਹੋ ਗਿਆ ਤਾਂ ਮੈਂ ਉੱਥੇ ਚਲਾ ਜਾਵਾਂ, ਉੱਥੇ ਆਪਣੇ ਆਪ ਟੈਕਲ ਕਰ ਲਵਾਂਗਾ, ਇਹ ਹੋ ਜਾਏਗਾ, ਉਹ ਹੋ ਜਾਏਗਾ, ਕੁਛ ਵੀ ਨਹੀਂ ਹੋਣ ਵਾਲਾ ਉੱਥੇ। ਅਸੀਂ ਉਹੀ ਕੰਸਲਟੈਂਸੀ ਦਾ ਬੇਸਿਕਲੀ ਇਹੀ ਹੈ ਕਿ ਅਸੀਂ ਸਟੂਡੈਂਟ ਦੇ ਪ੍ਰੋਫਾਈਲ ਦੇ ਹਿਸਾਬ ਨਾਲ ਉਹਨੂੰ ਬਿਲਕੁਲ ਰਾਈਟ ਗਾਈਡੈਂਸ ਇਹ ਦਿੰਦੇ ਹਾਂ ਕਿ ਤੇਰੇ ਪ੍ਰੋਫਾਈਲ ਦੇ ਹਿਸਾਬ ਨਾਲ ਤੈਨੂੰ ਇਸ ਕਾਲਜ 'ਤੇ, ਇਸ ਕੋਰਸ 'ਤੇ ਜਾਣਾ ਚਾਹੀਦਾ ਜਿੱਥੇ ਤੂੰ ਕੋਰਸ ਕੰਪਲੀਟ ਕਰਨ ਦੇ ਤੇਰੇ ਚਾਂਸਿਸ ਜ਼ਿਆਦਾ ਨੇ। ਅੱਛਾ, ਸਟੂਡੈਂਟ ਜਿਹਨੇ ਇੰਜੀਨੀਅਰਿੰਗ ਕੋਰਸਿਸ ਕਰਨੇ ਜਾਂ PG ਦੇ ਕੋਰਸਿਸ ਕਰਨੇ ਆ, ਫੋਰ ਐਗਜ਼ਾਮਪਲ
ਜਾਂ ਬਿਜ਼ਨਸ ਦੇ NZ ਇਨ ਬਿਜ਼ਨਸ ਕੋਰਸਿਸ ਹੈਗੇ ਨੇ, ਲੈਵਲ 6 ਦੇ ਕੋਰਸਿਸ ਹੈਗੇ ਨੇ, ਅਕਾਊਂਟਿੰਗ ਰਿਲੇਟਡ ਕੋਰਸਿਸ ਹੈਗੇ ਨੇ, ਹੋਸਪਿਟੈਲਿਟੀ ਰਿਲੇਟਡ ਕੋਰਸਿਸ ਹੈਗੇ ਜਿਨ੍ਹਾਂ ਨੇ ਅੱਛੇ ਇੰਸਟੀਟਿਊਸ਼ਨ 'ਤੇ ਕਰਨਾ ਹੈ, ਉਹਨਾਂ ਵਾਸਤੇ IPP ਇੰਸਟੀਟਿਊਸ਼ਨ ਬਹੁਤ ਅੱਛਾ, ਜਿਹਨੇ ਵਾਕਈ ਜਾ ਕੇ ਉੱਥੇ ਸੀਰੀਅਸ ਪੜ੍ਹਾਈ ਕਰਨੀ ਹੈ, ਜੋ ਕਿ ਪਾਰਟ ਟਾਈਮ ਜੋਬ 'ਚ ਜ਼ਿਆਦਾ ਇਨਕਲੀਨੇਸ਼ਨ ਨਹੀਂ ਹੈ। ਫੋਰ ਐਗਜ਼ਾਮਪਲ, ਕਈ ਵੈਲ ਆਫ ਸਟੂਡੈਂਟਸ ਵੀ ਹੁੰਦੇ ਨੇ ਪੰਜਾਬ 'ਚ, ਹੁੰਦੇ ਨੇ ਦਿੱਲੀ, ਜਿਹਨਾਂ ਦੇ ਪੇਰੈਂਟਸ ਇਹ ਕਹਿ ਕੇ ਚੱਲਦੇ ਨੇ ਕਿ ਠੀਕ ਹੈ ਤੁਸੀਂ ਉੱਥੇ ਜਾ ਕੇ ਪੜ੍ਹਾਈ ਹੀ ਕਰਨੀ ਹੈ ਔਰ ਐਂਡ ਆਫ ਦ ਡੇ ਇੰਡੀਆ ਵਾਪਸ ਆਉਣਾ, ਉਹਦੇ ਲਈ IPP ਜਾਂ ਉਹਦੇ ਵਾਸਤੇ ਨਹੀਂ, ਉਹਦੇ ਵਾਸਤੇ ਵੀ IPP, ਉਹਦੇ ਵਾਸਤੇ ਤਾਂ IPP ਹੈ ਹੀ ਹੈ, ਨੋਰਮਲ ਸਟੂਡੈਂਟ ਵਾਸਤੇ ਵੀ IPP ਹੈ, ਜਿਹਨਾਂ ਦਾ ਪੜ੍ਹਾਈ ਦਾ ਮੇਨ ਫੋਕਸ ਆ, ਯੂ ਨੋ ਫਸਟ ਸਟੈਪ ਜਿਹੜਾ ਉਹ ਸੋਚਦੇ ਨੇ ਕਿ ਮੈਂ ਪੜ੍ਹਾਈ ਹੀ ਕਰਨੀ ਹੈ, ਉਹਦੇ ਬਾਅਦ ਮੈਂ ਜੋਬ ਦੇਖਾਂਗਾ ਜਾਂ ਉਹਦੇ ਬਾਅਦ ਮੈਂ PR ਦੇਖਾਂਗਾ। ਕਈ ਮੈਂ ਦੇਖੇ ਨੇ ਸਟੂਡੈਂਟ ਪੰਜਾਬ ਦੇ, ਓਬਵੀਅਸਲੀ ਅਸੀਂ ਉਹਨਾਂ ਨੂੰ ਬਲੇਮ ਨਹੀਂ ਕਰ ਸਕਦੇ, ਫੈਮਿਲੀ ਸਰਕਮਸਟਾਂਸਿਸ ਹੁੰਦੀਆਂ ਹੈ ਜਾਂ ਪੇਰੈਂਟਸ ਦਾ ਪ੍ਰੈਸ਼ਰ ਹੁੰਦਾ ਹੈ ਜਾਂ ਯੂ ਨੋ ਇੰਨੇ ਫਾਈਨੈਂਸਿਸ ਨਹੀਂ ਹੁੰਦੇ, ਤਾਂ ਉਹ ਬੇਸਿਕਲੀ ਸੋਚਦੇ ਨੇ ਕਿ ਬਾਹਰ ਜਾ ਕੇ ਪੜ੍ਹਨਾ ਜਿਹੜਾ ਹੈ ਬੇਸਿਕਲੀ ਅਸੀਂ ਪੜ੍ਹਾਈ ਵੀ ਕਰਾਂਗੇ, ਪਾਰਟ ਟਾਈਮ ਜੋਬ ਵੀ ਕਰਾਂਗੇ। ਉਹਨਾਂ ਵਾਸਤੇ ਹੁਣ ਵੀ ਮੈਂ ਇਹ ਕਹਾਂਗਾ ਕਿ ਰਾਦਰ ਦੈਨ ਲੁਕਿੰਗ ਐਟ IPP ਐਜ਼ ਏ ਆਪਸ਼ਨ, IPP ਆਪਸ਼ਨ ਲੈ ਕੇ ਚੱਲੋ, ਮੈਂ ਇਹ ਨਹੀਂ ਕਹਿ ਰਿਹਾ ਕਿ ਨਹੀਂ, ਬਟ IPP ਨਾਲ ਨਾਲ ਤੁਸੀਂ ਅੱਛੇ ਜਿਹੜੇ ਉੱਥੇ ਇੰਸਟੀਟਿਊਸ਼ਨਸ ਹੈਗੇ ਨੇ, ਕੈਟੇਗਰੀ 1 ਇੰਸਟੀਟਿਊਸ਼ਨਸ ਹੈਗੇ ਨੇ, ਚਾਹੇ ਉਹ ਪ੍ਰਾਈਵੇਟ ਕਾਲਜਸ ਵੀ ਹੋ, ਉਹਨਾਂ ਦੇ ਕੋਰਸਿਸ ਵੀ ਬਹੁਤ ਅੱਛੇ ਨੇ, ਉਹਨਾਂ ਦਾ ਡਿਲੀਵਰੀ ਸਟਾਈਲ ਵੀ ਬਹੁਤ ਅੱਛਾ ਹੈ, NZQA ਦੀ ਹਾਈਲੀ ਰੈਂਕਡ ਕਾਲਜਸ ਹੈਗੇ ਨੇ, ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਸੇ ਵੀ ਕਾਫੀ ਐਡਵਾਂਟੇਜ ਉਹ ਮਿਲ ਜਾਂਦਾ ਹੈ, ਉਹ ਕਾਲਜਸ ਨੂੰ ਤੁਸੀਂ ਪ੍ਰੀਫਰ ਕਰੋ ਜਿਹਨਾਂ ਦਾ ਸਟੱਡੀ ਟਾਈਮ ਬੇਸਿਕਲੀ ਘੱਟ ਆ, ਯੂ ਨੋ ਪਰ ਵੀਕ ਕਲਾਸਿਸ ਮੇਰੇ ਖਿਆਲ 'ਚ 20 hours ਮੈਂਡੇਟਰੀ ਆ, ਉਹ ਕਰਦੇ ਹੀ ਕਰਦੇ ਨੇ, ਤਿੰਨ ਦਿਨ 'ਚ ਕੋਸ਼ਿਸ਼ ਕਰਦੇ ਨੇ ਉਹ ਕਲਾਸਿਸ ਸਾਰੀ ਡਿਲੀਵਰ ਕਰ ਦੇਣ, ਬਾਕੀ ਟਾਈਮ ਤੁਹਾਨੂੰ ਪਾਰਟ ਟਾਈਮ ਜੋਬਸ ਤੋਂ ਉੱਥੇ ਮਿਲ ਜਾਂਦਾ, ਵੀਹ ਘੰਟਾ ਜਿਹੜਾ ਹੈਗਾ ਪ੍ਰਤੀ ਵੀਕ ਹੈਗਾ ਉਹਨਾਂ ਨੂੰ ਉਹ ਕੰਮ। ਹਾਂਜੀ, ਫੋਰ ਐਗਜ਼ਾਮਪਲ 40 hours ਵਰਕਿੰਗ ਹੁੰਦੇ ਨੇ ਹਫ਼ਤੇ 'ਚ, ਯੂ ਨੋ 20 hours ਤੁਸੀਂ ਪੜ੍ਹਾਉਣਾ ਹੈ ਕਾਲਜ ਨੂੰ ਰਿਸਟ੍ਰਿਕਸ਼ਨ ਹੁੰਦੀ ਹੈ, ਉਹਦੇ ਬਾਅਦ 20 hours ਪਾਰਟ ਟਾਈਮ ਤੁਸੀਂ ਅਲਾਊਡ ਹੋ ਲੀਗਲੀ ਜੋਬ ਕਰਨਾ ਉੱਥੇ, ਤਾਂ ਉਹ ਕਰ ਸਕਦੇ ਹੋ ਤੁਸੀਂ। ਅੱਛਾ, ਜਿਹੜਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 9 hours ਪੜ੍ਹਾਇਆ ਜਾਂਦਾ, ਠੀਕ ਹੈ, ਇਸ ਪੁਆਇੰਟ 'ਤੇ ਆਵਾਂਗੇ, ਉਸ ਤੋਂ ਪਹਿਲਾਂ ਮੈਂ ਕਿੰਨੀ ਕੁ ਕੈਟਾਗਰੀਆਂ ਤੁਹਾਡੇ ਕੋਲ ਆਉਂਦੀਆਂ ਨੇ, ਵਿਦਿਆਰਥੀ ਕਾ ਗਿਆ ਬਹੁਤ ਵੀਕ ਹੈ ਤੁਹਾਨੂੰ ਲੱਗਦਾ ਪਰ ਜਾ ਸਕਦਾ, ਠੀਕ ਹੈ, ਜੇ ਜਾਊਗਾ ਪੋਲਿਸ਼, ਅਗਰ ਉਹਦੇ ਇੰਟੈਂਸ਼ਨਸ ਹੈ ਨੇ ਪੜ੍ਹਨ ਦੇ ਬਾਹਰ, ਉਹ ਜਾ ਸਕਦਾ, ਅਗਰ ਇੰਟੈਂਸ਼ਨਸ ਅਗਰ ਪੜ੍ਹਨ ਬਾਹਰ ਹੈ ਔਰ ਉਹਦਾ IELTS ਸਕੋਰ ਅੱਛਾ ਹੈ ਜਾਂ ਫੋਰ ਐਗਜ਼ਾਮਪਲ ਅਕੈਡਮਿਕ ਬੈਕਗ੍ਰਾਉਂਡ ਅੱਛਾ ਹੈ, ਯੂ ਨੋ ਉਹਨੂੰ ਜਾਣਾ ਚਾਹੀਦਾ, ਉਹਨੂੰ IPP ਪ੍ਰੋਵਾਈਡਰ 'ਤੇ ਵੀ ਜਾਣਾ ਚਾਹੀਦਾ, ਪ੍ਰਾਈਵੇਟ ਕਾਲਜਸ ਮੈਂ ਨਹੀਂ ਕਿ ਬੇਸਿਕਲੀ ਫੰਡਸ 'ਤੇ ਵੀ ਇੱਕ ਇਸ਼ੂ ਆ, ਯੂ ਨੋ ਇਹਦੇ ਵਿੱਚ ਹੁਣ ਜਿਵੇਂ IPP ਪ੍ਰੋਵਾਈਡਰਸ ਬੇਸਿਕਲੀ ਐਟ ਦਿਸ ਮੂਮੈਂਟ ਜੋ ਹੈ ਉਹ ਸਾਰੇ ਗੌਰਮੈਂਟ ਪੋਲੀਟੈਕਨਿਕਸ ਨੇ, ਉਹਨਾਂ ਦੀ ਫੀਸ ਪ੍ਰਾਈਵੇਟ ਕਾਲਜਸ ਤੋਂ ਜ਼ਿਆਦਾ ਹੀ ਹੈ, ਆਲਮੋਸਟ $3,000-4,000 ਦਾ ਫਰਕ ਹੈ, ਠੀਕ ਹੈ, ਤਾਂ ਜਾ ਸਕਦੇ ਨੇ ਅਗਰ ਅਫੋਰਡ ਕਰ ਸਕਦੇ ਨੇ, ਉਹ ਵਾਲੇ IPP ਇੰਸਟੀਟਿਊਸ਼ਨ ਅਫੋਰਡ ਕਰ ਸਕਦੇ ਨੇ, ਪੜ੍ਹਾਈ 'ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ, ਫੈਮਿਲੀ ਤੋਂ ਇੰਨਾ ਪ੍ਰੈਸ਼ਰ ਨਹੀਂ ਆ ਇਹ ਸਭ ਚੀਜ਼ਾਂ 'ਤੇ, ਦੈਨ ਦੇ ਸ਼ੁੱਡ ਗੋ ਫੋਰ IPP ਪ੍ਰੋਵਾਈਡਰ। ਪਰ ਤੁਸੀਂ ਕਿਵੇਂ ਕੈਟਾਗਰਾਈਜ਼ ਕਰਦੇ ਹੋ ਕਿ ਇੱਕ ਵਿਦਿਆਰਥੀ ਨੂੰ ਅਸੀਂ ਹੁਣ ਇਸ ਤਰ੍ਹਾਂ ਦੇ ਨੋਰਮਲ ਕਾਲਜ ਦੇ ਵਿੱਚ ਪਾਉਣਾ ਜਿੱਥੇ 50% ਪੜ੍ਹ ਸਕੇ ਔਰ 50% ਆਪਣੀ ਜਿਹੜੀ ਹੈ ਕਮਾਈ ਕਰ ਸਕੇ, ਕਮਾਈ ਜਾਂ ਕੰਮ ਕਰ ਸਕੇ, ਇੱਕ ਤੁਸੀਂ ਆ ਗਿਆ ਕਿ ਮੀਡੀਓਕਰ ਜਿਹੜਾ ਹੈਗਾ ਵਿਦਿਆਰਥੀ ਵੀ ਪੜ੍ਹਨਾ ਵੀ ਚਾਹੁੰਦਾ ਹੈ ਔਰ ਕੰਮ ਵੀ ਕਰਨਾ ਚਾਹੁੰਦਾ ਹੈ। ਐਜ਼ ਅ ਕੰਸਲਟੈਂਟ ਅਸੀਂ ਪੂਰਾ ਹੀ ਅਸੈਸਮੈਂਟ ਕਰਦੇ ਨੇ ਸਟੂਡੈਂਟ ਦਾ, ਪਹਿਲੀ ਗੱਲ ਤਾਂ ਅਸੀਂ ਇਹ ਚੈੱਕ ਕਰਦੇ ਹਾਂ ਕਿ ਸਟੂਡੈਂਟ ਵਾਕਈ ਯੂ ਨੋ 100% ਸਟੂਡੈਂਟ ਪੜ੍ਹਨ ਹੀ ਜਾ ਰਿਹਾ ਜਾਂ ਨਹੀਂ ਜਾ ਰਿਹਾ, ਜਾਂ ਉਹਦੀ ਫੈਮਿਲੀ ਕਮਿਟਮੈਂਟ ਹੈਗੀ ਹੈ, ਜਾਂ ਉਹਨੇ ਲੋਨ ਕਿੱਥੋਂ ਲਿੱਤਾ ਹੈ ਜਿਹਦਾ ਰੀਪੇ ਕਰਨਾ ਹੈ, ਪਾਰਟ ਟਾਈਮ ਜੋਬਸ 'ਤੇ ਜ਼ਿਆਦਾ ਇਨਕਲੀਨੇਸ਼ਨ ਹੈ, ਪੜ੍ਹਾਈ 'ਤੇ ਇੰਨਾ ਜ਼ਿਆਦਾ ਅੱਛਾ ਨਹੀਂ ਹੈ, ਇਹ ਸਭ ਚੀਜ਼ਾਂ ਨੂੰ ਕੰਸਿਡਰ ਕਰਕੇ ਅਸੀਂ ਉਹਨੂੰ ਪ੍ਰਾਈਵੇਟ ਕਾਲਜ ਜਾਂ IPP ਕਾਲਜਸ 'ਤੇ ਉਹਨੂੰ ਰਿਕਮੈਂਡ ਕਰਦੇ ਹਾਂ ਜੀ। ਜਦੋਂ ਬੱਚਾ ਚਲਿਆ ਜਾਂਦਾ ਕਾਲਜ ਦਾ ਕਿੰਨਾ ਫਰਕ ਰਹਿੰਦਾ, ਇੱਕ ਪ੍ਰਾਈਵੇਟ ਕਾਲਜ, ਇੱਕ ਗੌਰਮੈਂਟ ਪੋਲੀਟੈਕਨੀਕਲ ਕਾਲਜ, ਯੂਨੀਵਰਸਿਟੀਆਂ ਹੋ ਗਈਆਂ, IPP ਪ੍ਰੋਵਾਈਡਰ ਹੋ ਗਏ, ਵੀ 20 hours ਸਭ ਨੇ ਪੜ੍ਹਾਉਣਾ ਜਾਂ ਵੱਧ ਘੱਟ ਵੀ ਇਹਨਾਂ ਦੀ ਕੋਈ ਰੇਸ਼ੋ ਹੁੰਦੀ ਹੈ? ਨਹੀਂ, ਡਿਪੈਂਡ ਕਰਦਾ ਉਹ ਇੰਸਟੀਟਿਊਸ਼ਨ 'ਤੇ, ਮੈਡਮ ਮੈਂ ਕਹਿ ਰਿਹਾ ਕਿ ਮਿਨੀਮਮ 20 hours ਡਿਲੀਵਰ ਉਹਨਾਂ ਨੂੰ ਕੋਰਸ ਕਰਨਾ ਹੀ ਹੁੰਦਾ ਮੇਰੇ ਘਰ 'ਚ, ਹਫ਼ਤੇ 'ਚ 20 hours ਉਹਨਾਂ ਨੂੰ ਕਲਾਸਿਸ ਉੱਥੇ ਕਰਨੀ। ਆਸਟ੍ਰੇਲੀਆ 'ਚ ਇੱਕ ਬਹੁਤ ਵੱਡਾ ਪਹਾੜ ਹੈ, ਕਿਸੇ 'ਚ ਇੱਕ ਦਿਨ 'ਚ 2 hours ਪੜ੍ਹਦੇ ਨੇ ਵਿਦਿਆਰਥੀ, ਕਿਸੇ 'ਚ 5-5 hours ਵੀ ਪੜ੍ਹਦੇ, ਮਤਲਬ 20 hours ਹਫ਼ਤੇ ਦਾ ਉਹ ਪੜ੍ਹਾਈ ਲੈਂਦੇ ਨੇ। ਕਈ ਮੈਂ ਦੇਖੇ ਕਾਲਜਸ, ਨਿਊਜ਼ੀਲੈਂਡ ਵੀ ਕਾਲਜਸ ਨੇ, ਅੱਛੇ ਕਾਲਜਸ ਹੈਗੇ ਨੇ ਜਿਹੜੇ ਕਿ 30 years ਪੁਰਾਣੇ ਕਾਲਜਸ ਆ, ਉਹ ਸਿਰਫ 20 hours ਕਲਾਸਿਸ ਲੈਂਦੇ ਨੇ, ਸਾਰੇ ਦੇ ਸੰਡੇ ਸਿਰਫ ਪੜ੍ਹਾਈ, ਬਾਕੀ ਟਾਈਮ ਤੁਸੀਂ ਫ੍ਰੀ ਹੋ ਪਾਰਟ ਟਾਈਮ ਜੋਬ ਤੇ। ਓਕੇ, ਉਹ ਵੀ ਕਾਲਜਸ ਹੈਗੇ ਨੇ, ਕਿਸ ਤਰ੍ਹਾਂ ਦੇ ਨੇ? ਗਵਰਨਮੈਂਟ, ਇਹ ਵੀ ਗਵਰਨਮੈਂਟ ਕਾਲਜਸ ਤਾਂ ਨਹੀਂ ਹੈ, ਪ੍ਰਾਈਵੇਟ ਕਾਲਜਸ ਆ, ਲੇਕਿਨ ਕੈਟੇਗਰੀ 1 ਕਾਲਜਸ ਨੇ,
ਕਾਲਜਸ ਦੀ ਰਿਸਪੋਂਸੀਬਿਲਿਟੀ ਬੇਸਿਕਲੀ NZQA ਕਹਿੰਦੀ ਕਿ ਤੁਸੀਂ ਆਪਣਾ ਜਿਹੜਾ ਕੋਰਸ ਆ ਉਹ ਪ੍ਰੋਪਰ ਤਰੀਕੇ ਨਾਲ ਡਿਲੀਵਰ ਕਰਨਾ, ਕੋਰਸ ਕੰਪਲੀਟ ਕਰਨਾ, ਉਹ ਚਾਹੇ ਤੁਸੀਂ ਵੀਕਐਂਡ ਤੇ ਕਰੋ ਚਾਹੇ ਵੀਕਡੇਸ ਚ ਕਰੋ, ਉਹਦੇ ਚ ਕੋਈ ਫਰਕ ਨਹੀਂ। ਔਰ ਜਿਹੜੀਆਂ ਜੋਬ ਦੀਆਂ ਰਿਸਪੋਂਸੀਬਿਲਿਟੀਜ਼ ਨੇ, ਮੈਂ ਜਿਹੜਾ ਦੇਖਿਆ ਖਾਸ ਤੌਰ ਤੇ ਮੈਂ ਬਰੇਕੀ ਦੇ ਇੱਥੇ ਨਾਮ ਲੈਣਾ ਚਾਹੂੰਗਾ, ਉਹ ਆਪ ਇੰਪਲਾਇਰ ਲੱਭਦੇ ਨੇ, ਲੱਭਦੇ ਨੇ ਕਿ ਉੱਥੇ ਜਿਹੜਾ ਫਾਰਮ ਹੈ ਉਹ ਉਹਨਾਂ ਦੇ ਪੈਰਾਮੀਟਰ ਤੇ ਖਰਾ ਉਤਰਦਾ, ਫਿਰ ਵਿਦਿਆਰਥੀ ਨੂੰ ਉਧਰ ਨੂੰ ਰਿਕਮੈਂਡ ਕਰਦੇ ਨੇ ਕਿ ਫਲਾਣੇ ਫਾਰਮ ਤੇ 20 ਘੰਟੇ ਡਿਊਟੀ ਲੱਗ ਗਈ ਪ੍ਰੈਕਟੀਕਲ। ਸੋ ਜਿਹੜੀਆਂ ਇੰਸਟੀਟਿਊਸ਼ਨਸ ਨੇ ਪ੍ਰਾਈਵੇਟ ਗਵਰਨਮੈਂਟ ਪੋਲੀਟੈਕਨੀਕਲ IPP ਆ ਗਿਆ, ਹੁਣ ਇਹਨਾਂ ਦੀਆਂ ਜੋਬਸ ਰਿਸਪੋਂਸੀਬਿਲਿਟੀਜ਼ ਵੀ ਹੁੰਦੀਆਂ। ਸੀ, ਜੋਬ ਰਿਸਪੋਂਸੀਬਿਲਿਟੀ ਐਸ ਸੱਚ ਤਾਂ ਕੋਈ ਵੀ ਗਾਰੰਟੀ ਨਹੀਂ ਕਰਦਾ, ਤੁਸੀਂ ਇਹ ਵੀ ਦੇਖਿਆ ਇੰਡੀਆ 'ਚ ਵੀ ਕੋਈ ਗਾਰੰਟੀ ਨਹੀਂ ਕਰਦਾ ਬੇਸਿਕਲੀ, ਲੇਕਿਨ ਜੋਬ ਐਸ਼ੋਰੈਂਸ ਸਾਰੇ ਦਿੰਦੇ ਨੇ, ਸਾਰੇ ਟਰਾਈ ਕਰਦੇ ਨੇ। ਹੁਣ ਫੋਰ ਐਗਜ਼ਾਮਪਲ ਅਗਰ ਵਿਰਾਕੀ ਤੁਸੀਂ ਨਾਮ ਲੈਤਾ, ਵਿਰਾਕੀ ਅਗਰ ਇਹ ਸਭ ਚੀਜ਼ਾਂ ਕਹਿ ਰਿਹਾ ਤਾਂ ਹੀ ਤੁਸੀਂ ਨਾਮ ਲੈ ਰਹੇ ਹੋ ਸ਼ੋਅ 'ਚ, ਠੀਕ ਹੈ। ਇਹ ਹੀ ਸਾਰੇ ਇੰਸਟੀਟਿਊਸ਼ਨ ਉੱਥੇ ਕੋਸ਼ਿਸ਼ ਕਰਦੇ ਨੇ ਕਿ ਜਿੰਨਾ ਮੈਕਸੀਮਮ ਸਪੋਰਟ ਉਹ ਦੇਣ ਸਟੂਡੈਂਟ ਨੂੰ ਇਨ ਟਰਮਸ ਆਫ ਜੋਬਸ ਦੇ ਦਿਨ, ਕਿਉਂਕਿ ਐਂਡ ਆਫ ਦੇ ਰਹੇ ਤੁਸੀਂ ਦੇਖਿਆ ਹੋਗਿਆ NZQA ਇੱਕ ਜਿਹੜੀ ਬਾਡੀ ਹੈ ਜਿਹੜੀ ਮੋਨੀਟਰ ਕਰਦੀ ਹੈ, ਆਡਿਟ ਕਰਦੀ ਹੈ, ਉਹਦਾ ਇੱਕ ਪਾਰਟ ਜੋਬ ਪਲੇਸਮੈਂਟ ਵੀ ਹੈ, ਠੀਕ ਹੈ। ਇੱਕ ਤਾਂ ਕੁਆਲਿਟੀ ਹੋ ਗਿਆ, ਸਾਰੀ ਅਸੈਸਮੈਂਟ ਕਰਦੇ ਨੇ ਕੁਆਲਿਟੀ ਵਾਈਜ਼ ਕਿ ਇਹਨਾਂ ਦੇ ਅਕੈਡਮਿਕ ਕੁਆਲਿਟੀ ਕੀ ਆ, ਜਾਂ ਯੂ ਨੋ ਕੋਰਸ ਡਿਲੀਵਰੀ ਕੀ ਆ, ਲੈਕਚਰਸ ਦੀ ਕੁਆਲੀਫਿਕੇਸ਼ਨ ਕੀ ਆ, ਸਟੂਡੈਂਟਸ ਕਿੰਨਾ ਅਟੈਂਡੈਂਸ ਲੈ ਰਹੇ ਨੇ ਕਾਲਜ ਵਿੱਚ। ਇੱਕ ਹੋਰ ਪਾਰਟ ਇੰਪੋਰਟੈਂਟ ਪਾਰਟ ਆ ਜੋਬ ਪਲੇਸਮੈਂਟ ਦਾ, ਕਾਲਜਸ ਦੀ ਐਂਡ ਆਫ ਦੀ ਡੇ ਜਿਹੜਾ ਪਾਸ ਸਟੂਡੈਂਟ ਹੁੰਦਾ ਹੈ ਉਹਦੀ ਐਂਡ ਆਫ ਦੀ ਕਿੰਨੀ ਪਲੇਸਮੈਂਟਸ ਹੋਈ ਹੈ, ਉਹ ਵੀ ਇੱਕ ਕ੍ਰਾਈਟੇਰੀਆ ਹੁੰਦਾ, ਮੈਂ ਵੀ ਇਧਰ ਹੀ ਆ ਰਿਹਾ, ਉਹ ਵੀ ਇੱਕ ਕ੍ਰਾਈਟੇਰੀਆ ਹੁੰਦਾ ਹੈ। ਤਾਂ ਓਬਵੀਅਸਲੀ ਕਾਲਜ ਦੀ ਡਿਊਟੀ ਬਣ ਜਾਂਦੀ ਹੈ ਕਿ ਆਪਣੇ ਸਾਰੇ ਸਟੂਡੈਂਟ ਦੀ ਪਲੇਸਮੈਂਟਸ ਕਰਾਏ, ਕਰਾਏ ਮਤਲਬ 100% ਨਾ ਕਰਾਏ, ਬਟ ਐਟਲੀਸਟ ਗਾਈਡ ਤਾਂ ਕਰੇ। ਤੁਸੀਂ ਇਹ ਕਹਿ ਰਹੇ ਹੋ ਵਿਰਾਕੀ ਗਾਈਡ ਕਰਦਾ, ਬੇਸਿਕਲੀ ਗਾਈਡੈਂਸ ਹੀ ਕਰਦੇ ਨੇ ਸਾਰੇ ਕਾਲਜ, ਕੋਈ ਵੀ ਗਾਰੰਟੀ ਨਹੀਂ ਕਰਦਾ ਤੁਹਾਨੂੰ ਇਹ ਜੋਬ ਮਿਲੇਗੀ। ਐਗਜ਼ਾਮਪਲ ਟਾਈਮ ਟੂ ਟਾਈਮ ਇਹਨਾਂ ਦੇ ਕੰਟਰੈਕਟਸ ਹੁੰਦੇ ਨੇ, ਜਾਂ ਮਾਰਕੀਟ 'ਚ ਇਹਨਾਂ ਦੇ ਇੰਡਸਟਰੀ ਨਾਲ ਕੰਟਰੈਕਟਸ ਹੁੰਦੇ ਨੇ, ਉਹਦੇ ਇੰਟਰਵਿਊਜ਼ ਨਿਕਲਦੇ ਨੇ, ਇਹ ਕਾਲਜਸ ਕੋਲ ਆਉਂਦੀ ਹੈ, ਕਾਲਜਸ ਅੱਗੇ ਅੱਗੇ ਆਪਣੇ ਸਟੂਡੈਂਟਸ ਨੂੰ ਦਿੰਦੇ ਨੇ, ਰੈਫਰ ਕਰਦੇ ਨੇ, ਤੁਸੀਂ ਜਾ ਕੇ ਉੱਥੇ ਇੰਟਰਵਿਊ ਕਰੋ, ਉਹਨਾਂ ਦੀ CV ਪ੍ਰਿਪੇਅਰ ਕਰਦੇ ਨੇ। ਇੰਡੀਆ ਦੀ ਜਿਹੜੀ CV ਪ੍ਰਿਪੇਰੇਸ਼ਨ ਆ ਜਾਂ ਨਿਊਜ਼ੀਲੈਂਡ ਦੀ ਆ, ਉਹਦੀ ਕਾਫੀ ਡਿਫਰੈਂਸ ਆ ਮੈਂ ਦੇਖਿਆ। ਤਾਂ ਮੇਨ ਇੱਕ CV ਆਪਣੇ ਇੰਡਸਟਰੀ ਦੇ ਹਿਸਾਬ ਨਾਲ ਜਿਵੇਂ ਪ੍ਰੋਜੈਕਟ ਕਰਨਾ ਆਪਣੇ ਆਪ ਨੂੰ, ਉਹ ਵੀ ਬੜਾ ਇੰਪੋਰਟੈਂਟ ਚੀਜ਼ ਹੈ ਮੈਂ ਦੇਖਿਆ। ਅੱਛਾ, ਜਿਵੇਂ ਕਈ ਵਿਦਿਆਰਥੀ ਸਿਰਫ ਸੋਚਦੇ ਨੇ ਕਿ 20 ਘੰਟੇ ਜਿਹੜੀ ਜੋਬ ਮਿਲਦੀ ਉਹ ਕਮਾਈ ਦਾ ਸਾਧਨ ਹੈ, ਮੈਨੂੰ ਲੱਗਦਾ ਕਮਾਈ ਦੇ ਸਾਧਨ ਨਾਲ ਨਾਲ ਤੁਹਾਡਾ ਇੱਕ ਐਕਸਪੀਰੀਅੰਸ ਹੈ, ਤੁਹਾਡੇ ਰੈਫਰੈਂਸ ਕੰਟੈਕਟਸ ਬਣਦੇ ਨੇ ਮਾਰਕੀਟ ਦੇ ਵਿੱਚ, ਤੁਸੀਂ ਉੱਥੋਂ ਦੇ ਕਲਚਰ ਨੂੰ ਸਿੱਖਦੇ ਹੋ। ਬਹੁਤ ਇੰਪੋਰਟੈਂਟ ਚੀਜ਼ ਹੈ, ਬਹੁਤ ਇੰਪੋਰਟੈਂਟ ਚੀਜ਼ ਹੈ। ਮੈਂ ਕਈ ਸਟੂਡੈਂਟਸ ਨੂੰ ਅੱਛੇ ਵੈਲ ਆਫ ਸਟੂਡੈਂਟਸ ਆ ਦਿੱਲੀ ਵੀ ਦੇਖਦੇ ਹਾਂ ਕਿ ਪੇਰੈਂਟਸ ਕਹਿੰਦੇ ਨੇ ਕਿ ਬਈ ਇਹ ਨਹੀਂ, ਸਟੂਡੈਂਟਸ ਉੱਥੇ ਜਾ ਕੇ ਪੜ੍ਹਾਈ ਹੀ ਕਰੇਗਾ, ਉਹਨੇ ਤਾਂ ਪਾਰਟ ਟਾਈਮ ਜੋਬ, ਅਸੀਂ ਰਿਕਮੈਂਡ ਇਨਫੈਕਟ ਕਰਦੇ ਹਾਂ ਕਿ ਪੇਰੈਂਟਸ ਨੂੰ ਵੀ ਕਰਦੇ, ਸਟੂਡੈਂਟਸ ਨੂੰ ਵੀ ਅਸੀਂ ਕਰਦੇ ਕਿ ਤੁਸੀਂ ਮਾਰਕੀਟ 'ਚ ਜਾਓ, ਆਪਣਾ ਇੰਟਰੈਕਟ ਕਰੋ, ਇਹ ਨਹੀਂ ਕਿ ਸਿਰਫ ਆਪਣੀ ਕਮਿਊਨਿਟੀ ਵਿੱਚ ਹੀ ਰਹੋ, ਬਾਹਰ ਦੀ ਕਮਿਊਨਿਟੀ ਨਾਲ ਵੀ ਇੰਟਰੈਕਟ ਕਰੋ, ਐਕਸਪੋਜਰ ਲਓ ਬੇਸਿਕਲੀ। ਯੂ ਨੋ ਫੋਰਨ ਐਜੂਕੇਸ਼ਨ ਪੜ੍ਹਾਈ ਤਾਂ ਨਹੀਂ ਹੈ, ਇੰਡੀਆ ਵਿੱਚ ਵੀ ਬਹੁਤ ਅੱਛੇ ਇੰਸਟੀਟਿਊਸ਼ਨ ਆ, ਬਾਹਰ ਅਗਰ ਤੁਸੀਂ ਜਾ ਰਹੇ ਹੋ ਐਕਸਪੋਜਰ ਲੈਣ ਜਾ ਰਹੇ ਹੋ, ਇਹ ਕੰਫੀਡੈਂਸ ਲੈਵਲ ਤੁਹਾਡਾ ਡਿਵੈਲਪ ਹੋਏਗਾ ਜਦੋਂ ਤੁਸੀਂ ਹਰ ਕਮਿਊਨਿਟੀ ਦੇ ਲੋਕਾਂ ਨਾਲ ਇੰਟਰੈਕਟ ਕਰੋਗੇ, ਉਹਨਾਂ ਦੀ ਇੰਡਸਟਰੀ ਬਾਰੇ ਜਾਣੋਗੇ, ਯੂ ਨੋ ਅੱਗੇ ਆਪਣੇ ਆਪ ਨੂੰ ਸੈਲਫ ਡਿਪੈਂਡੈਂਟ ਬਣਾਓਗੇ। ਇਹ ਸਾਰੀ ਚੀਜ਼ਾਂ ਇੱਕ ਪਾਰਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਆ, ਇਹ ਸਾਰਾ ਐਕਸਪੋਜਰ ਬਹੁਤ ਇੰਪੋਰਟੈਂਟ ਆ। ਜਿਹੜੀ ਜੋਬ ਹੈ, ਮੈਂ ਪਹਿਲਾਂ ਆਫ ਦਾ ਰਿਕਾਰਡ ਤੁਹਾਡੇ ਨਾਲ ਜਿਹੜੀ ਗੱਲ ਕਰ ਰਹੇ ਸੀ ਕਿ ਜੋਬ ਜਿਹੜੀ ਹੈਗੀ ਉਹ ਉਹਦੀਆਂ ਵੀ ਕੁਝ ਵਰਾਇਟੀਆਂ ਹੋਣਗੀਆਂ, ਕਿ ਬਹੁਤ ਅੱਛੇ ਇੰਸਟੀਟਿਊਸ਼ਨ ਦੇ ਵਿੱਚ ਜਾਂ ਤੁਸੀਂ ਕਿਸੇ ਚੰਗੇ ਅਦਾਰੇ ਦੇ ਵਿੱਚ ਜੋਬ ਕਰ ਰਹੇ ਹੋ, ਉੱਥੇ ਤੁਹਾਨੂੰ ਅੱਛਾ ਇੰਪਲਾਇਰ ਮਿਲ ਗਿਆ, ਅੱਛੀ ਤੁਹਾਨੂੰ ਐਕਸਪੀਰੀਅੰਸ ਹੋ ਰਿਹਾ, ਇਨ ਫਿਊਚਰ ਉਹਦੇ ਬੈਨੀਫਿਟ ਵੀ ਹੁੰਦੇ ਨੇ ਕੁਝ? ਹਾਂਜੀ ਹਾਂਜੀ, ਬੈਨੀਫਿਟ ਹੁੰਦੇ ਨੇ ਓਬਵੀਅਸਲੀ, ਅਗਰ ਤੁਸੀਂ ਬਹੁਤ ਅੱਛੀ ਯੂਨੀਵਰਸਿਟੀਜ਼ ਤੋਂ ਜਾਂ ਬਹੁਤ ਅੱਛੇ ITPs ਤੋਂ ਕਰ ਰਹੇ ਹੋ, ਉਹਨਾਂ ਦੇ ਕੰਟਰੈਕਟਸ ਇੰਡਸਟਰੀ ਦੇ ਅੱਛੇ ਅੱਛੇ ਲੋਕਾਂ ਨਾਲ ਹੁੰਦੀ ਹੈ, ਅੱਛੀ ਇੰਡਸਟਰੀਜ਼ ਨਾਲ ਹੁੰਦੀ ਹੈ ਮਾਰਕੀਟ 'ਚ, ਤਾਂ ਓਬਵੀਅਸਲੀ ਪਲੇਸਮੈਂਟ ਦੇ ਚਾਂਸਸ ਕਾਫੀ ਅੱਛੇ ਹੁੰਦੇ ਨੇ, ਇਹ ਤਾਂ ਇੱਕ ਪੁਆਇੰਟ ਨੋਟ ਕਰਨਾ ਹੀ ਪਏਗਾ। ਅੱਛਾ, ਕੈਨੇਡਾ 'ਚ ਇੱਕ ਟ੍ਰੈਂਡ ਹੈਗਾ ਕਿ ਕਈ ਪ੍ਰੋਗਰਾਮਸ ਨੇ ਜਿਹੜੇ ਉਹ ਕੋਪ ਅਪ ਪ੍ਰੋਗਰਾਮਸ ਨੇ, ਕਿ ਪੜ੍ਹਾਈ ਦੇ ਨਾਲ ਨਾਲ ਤੁਹਾਨੂੰ ਗਰੰਟਡ ਜਿਹੜਾ ਹੈਗਾ ਪਾਰਟ ਟਾਈਮ ਜੋਬਸ ਮਿਲਦੀ ਨੇ, ਕਿ ਨਿਊਜ਼ੀਲੈਂਡ 'ਚ ਵੀ ਐਸੇ ਕੁਝ ਕਾਲਜਸ ਨੇ? ਕਾਲਜਸ ਕਾਫੀ ਸਾਰੇ, ਹੁਣ ਮੈਂ ਕਾਫੀ ਪਿਛਲੇ ਸ਼ੋਅ 'ਚ ਵੀ ਕਿਹਾ ਹੈ ਕਿ ਕਾਫੀ ਸਾਰੇ ਇੰਟਰਨਸ਼ਿਪ ਬੇਸਡ ਯੂ ਨੋ ਪ੍ਰੋਗਰਾਮਸ ਡਿਲੀਵਰ ਕਰਦੇ ਨੇ ਕਾਲਜਸ। ਫੋਰ ਐਗਜ਼ਾਮਪਲ ਨਿਊਜ਼ੀਲੈਂਡ ਮੈਨੇਜਮੈਂਟ ਅਕੈਡਮੀ ਸੀ, ਆਕਲੈਂਡ ਬੇਸਡ ਕਾਲਜ ਹੈ, ਉਹਨਾਂ ਦਾ ਕੈਂਪਸ ਇੱਕ ਹੈਮਿਲਟਨ 'ਚ ਵੀ ਹੈ, ਕੈਟੇਗਰੀ 1 ਇੰਸਟੀਟਿਊਸ਼ਨ ਆ, ਉਹ ਡਿਲੀਵਰ ਕਰਦੇ ਨੇ ਹੋਸਪਿਟੈਲਿਟੀ ਔਰ ਕੁਕਰੀ ਦੇ ਕੋਰਸਿਸ, ਬੇਸਿਕਲੀ ਦੋ ਕੋਰਸਿਸ ਇੰਪੋਰਟੈਂਟ ਆ ਇਹਦੇ ਵਿੱਚ, ਜਿਨ੍ਹਾਂ 'ਤੇ 6 ਮੰਥਸ ਦਾ ਇੰਟਰਨਸ਼ਿਪ ਆ, ਬੇਸਿਕਲੀ 18 ਮਹੀਨੇ ਦਾ ਕੋਰਸ ਆ ਲੈਵਲ 6 ਦਾ, ਜਿਹਨੇ 12th ਪਾਸ ਸਟੂਡੈਂਟ ਆ, ਜਿਨ੍ਹਾਂ ਨੇ
ਯੂ ਨੋ ਜਿਨ੍ਹਾਂ ਦਾ 12th ਤੋਂ ਬਾਅਦ ਕੋਈ ਵਰਕ ਐਕਸਪੀਰੀਅੰਸ ਹੈ ਹੋਸਪਿਟੈਲਿਟੀ ਕੁਕਰੀ 'ਤੇ, ਜਿਨ੍ਹਾਂ ਨੇ ਬੈਚਲਰਸ ਇਨ ਹੋਟਲ ਮੈਨੇਜਮੈਂਟ ਵੀ ਕਰ ਲਿਆ ਔਰ ਐਕਸਟਰਾ ਓਵਰ ਕੁਆਲ ਐਡਵਾਂਸ ਡਿਪਲੋਮਾਸ ਕਰਨਾ ਚਾਹ ਰਹੇ ਨੇ, ਉਹ ਲੈਵਲ 6 ਕੋਰਸ 'ਤੇ ਇਨਰੋਲ ਹੋ ਸਕਦੇ ਨੇ, 18 ਮੰਥਸ ਡਿਊਰੇਸ਼ਨ ਦਾ ਕੋਰਸ ਆ ਯੂ ਨੋ, ਔਰ ਉਹ 18 ਮੰਥਸ ਵਿੱਚ ਹੀ 6 ਮੰਥਸ ਦਾ ਪੇਡ ਇੰਟਰਨਸ਼ਿਪ ਆ, ਓਕੇ ਦੈਟਸ ਗੁੱਡ, ਉਹੀ ਕੋਰਸ ਵਿੱਚ ਹੀ 6 ਮੰਥਸ ਦਾ ਪੇਡ ਇੰਟਰਨਸ਼ਿਪ ਆ ਨਾ, ਆਈ ਥਿੰਕ ਨੋਰਮਲੀ ਫੀਸ ਉਹਦੀ ਆ 25-26 ਹਜ਼ਾਰ ਡਾਲਰ ਆ, ਤੁਸੀਂ 7-8 ਹਜ਼ਾਰ ਡਾਲਰ ਉਹਦੇ ਵਿੱਚ ਰਿਕਵਰ ਕਰ ਸਕਦੇ ਹੋ ਪੇਡ ਇੰਟਰਨਸ਼ਿਪ, ਤੁਹਾਨੂੰ ਬਹੁਤ ਚੀਪ ਪੈ ਜਾਂਦਾ ਹੈ, ਬਹੁਤ ਅੱਛਾ ਕਾਲਜ ਆ, ਕੈਟੇਗਰੀ 1 ਆ, ਕੁਕਰੀ ਔਰ ਹੋਸਪਿਟੈਲਿਟੀ ਦੋਨੋਂ ਡਿਲੀਵਰ ਆ, ਇਹਨੂੰ ਮੈਂ ਕਹਿ ਰਿਹਾ ਕਿ NZM ਇੱਕੋ ਹੀ ਆ, ਉਹਦੇ ਇਲਾਵਾ NSIA ਬਹੁਤ ਅੱਛਾ ਹੈ, ਕੋਰਨਲ ਆ, ਇਹ ਸਾਰੇ ਕੁਕਰੀ ਹੋਸਪਿਟੈਲਿਟੀ ਵਾਸਤੇ ਕਾਫੀ ਫੇਮਸ ਨੇ। ਬੱਚੇ ਕਿਉਂ ਨਹੀਂ ਇਸ ਤਰ੍ਹਾਂ ਦੇ ਕਾਲਜ ਇਸ ਤਰ੍ਹਾਂ ਦੇ ਕੋਰਸ ਚੂਜ਼ ਕਰਦੇ, ਜਾਂ ਅਵੇਅਰਨੈਸ ਨਹੀਂ ਆ ਏਜੰਟਾਂ ਕੋਲ ਆਪਸ਼ਨ ਨਹੀਂ ਹੈ? ਆਈ ਥਿੰਕ ਯੂ ਨੋ ਡਿਪੈਂਡ ਕਰਦਾ ਹੈ, ਯੂ ਨੋ ਕਈ ਮੈਂ ਦੇਖਿਆ ਤੁਸੀਂ ਕਈ ਵਾਰ ਏਜੰਟ ਦੀ ਵੀ ਗਲਤੀ ਹੈ, ਕਈ ਵਾਰ ਏਜੰਟ ਵੀ ਬਰੀਫ ਨਹੀਂ ਕਰਦੇ, ਜਾਂ ਉਹਨਾਂ ਕੋਲ ਕੰਟਰੈਕਟ ਨਹੀਂ ਹੈ ਤਾਂ ਓਬਵੀਅਸਲੀ ਉਹ ਉਸ ਕਾਲਜ ਨੂੰ ਫੋਕਸ ਨਹੀਂ ਕਰਦੇ, ਜਿਹਦੇ 'ਚ ਕੰਟਰੈਕਟ ਆ ਉੱਥੇ ਭੇਜਦੇ ਨੇ, ਜਿਹਦੇ 'ਚ ਕਮਿਸ਼ਨ ਜ਼ਿਆਦਾ ਉਹਦੇ 'ਚ ਉਹਨਾਂ ਨੂੰ ਡਾਈਵਰਟ ਕਰਦੇ ਨੇ। ਸਟੂਡੈਂਟ ਵਾਰ ਵਾਰ ਮੈਂ ਇਹ ਸ਼ੋਜ਼ 'ਤੇ ਵੀ ਕਹਿੰਦਾ ਆ ਰਿਹਾ, ਨਿਊਜ਼ੀਲੈਂਡ ਬੇਸਡ ਜਿੰਨੇ ਵੀ ਸਟੂਡੈਂਟਸ ਆ ਆਪਣੇ ਰਿਸਰਚ ਕਰਨ, ਅੱਜ ਕੱਲ੍ਹ ਔਨਲਾਈਨ ਸਾਰੀ ਇਨਫੋਰਮੇਸ਼ਨ ਆ, ਅੱਛੇ ਏਜੰਟ ਕੋਲ ਜਾਣ, NZRA ਮੈਂਬਰਸ ਕੋਲ ਜਾਣ, ਕਿਉਂਕਿ NZRA ਮੈਂਬਰਸ ਜਿਹੜੇ ਆ ਸਪੈਸ਼ਲਾਈਜ਼ਡ ਜਿਹੜੇ ਨਿਊਜ਼ੀਲੈਂਡ ਫੋਕਸਡ ਏਜੰਟਸ ਆ, ਉਹਨਾਂ ਕੋਲ ਸਾਰਾ ਪੂਲ ਹੋਏਗਾ, ਉਹ ਤੁਹਾਨੂੰ ਕਦੀ ਵੀ ਕਮਿਸ਼ਨ ਬੇਸਿਸ ਤਾਂ ਨਹੀਂ ਕਹਿਣਗੇ, ਜਾਂ ਫੋਰ ਐਗਜ਼ਾਮਪਲ ਕਮਿਸ਼ਨ ਬੇਸਿਸ 'ਤੇ ਕੋਈ ਕਰ ਵੀ ਰਿਹਾ ਹੋਗਾ, ਤੁਹਾਨੂੰ ਚੋਇਸਿਸ ਫਿਰ ਵੀ ਸਾਰੇ ਕਾਲਜਸ ਦੀ ਦੇ, ਉਹਦੇ ਵਿੱਚ ਤੁਸੀਂ ਪਿਕ ਐਂਡ ਚੂਜ਼ ਕਰ ਸਕਦੇ ਹੋ, ਅਗਰ ਕਿਸੇ ਕੋਲ ਹੈ ਹੀ ਨਹੀਂ ਤਾਂ ਉਹ ਤੁਹਾਨੂੰ ਦੱਸੇਗਾ ਕਿ ਉਸ ਬਾਰੇ 'ਚ। ਇਹਦਾ ਕੋਈ ਖਾਸ ਕ੍ਰਾਈਟੇਰੀਆ ਕਿ ਬੱਚਾ ਕੋਈ ਫਿੱਟ ਹੀ ਨਾ ਹੋ ਸਕੇ ਇਸ ਕਾਲਜ ਦੇ ਵਿੱਚ ਇਸ ਕੋਰਸ ਲਈ, ਇਸ ਬੈਨੀਫਿਟ ਲਈ, ਕੁਝ ਖਾਸ ਕ੍ਰਾਈਟੇਰੀਆ? ਅਸੀਂ ਕ੍ਰਾਈਟੇਰੀਆ ਕੁਝ ਵੀ ਨਹੀਂ ਹੈ, 12th ਪਾਸ ਸਟੂਡੈਂਟ ਮੰਗਦੇ ਨੇ, 12th ਪਾਸ ਸਟੂਡੈਂਟ ਜਾਂ ਜਿਹਨੇ ਹੋਟਲ ਮੈਨੇਜਮੈਂਟ ਦਾ ਜਿਹਦਾ ਐਕਸਪੀਰੀਅੰਸ ਹੋਏ, ਜਾਂ ਜਿਹਨੇ ਹੋਟਲ ਮੈਨੇਜਮੈਂਟ ਦੀ ਡਿਗਰੀ ਕੀਤੀ ਹੈ, ਹੋਟਲ ਮੈਨੇਜਮੈਂਟ ਡਿਪਲੋਮਾ ਕੀਤੇ ਨੇ, ਜਾਂ ਕੁਕਰੀ ਦਾ ਕਿਸੇ ਕੋਲ ਵਰਕ ਐਕਸਪੀਰੀਅੰਸ ਹੈ, ਜਾਂ ਕੁਕਰੀ ਦੇ ਕਿਸੇ ਨੇ ਸ਼ਾਰਟ ਟਰਮ ਇੱਥੇ ਡਿਪਲੋਮਾਸ ਕੀਤੇ ਹੈ, ਸਰਟੀਫਿਕੇਟ ਕੋਰਸ ਕੀਤੇ, ਸਾਰੇ ਐਲੀਜੀਬਲ ਨੇ ਇਹਦੇ ਵਾਸਤੇ। ਇਨਫੈਕਟ ਨੋਰਮਲ BA ਜਿਨ੍ਹਾਂ ਨੇ ਕੀਤੀ ਹੈ, ਕਿਉਂਕਿ BA ਇੱਕ ਵੈਰੀ ਜਨਰਿਕ ਕੋਰਸ ਮੰਨਿਆ ਜਾਂਦਾ ਹੈ BA ਦੇ ਵਿੱਚ, ਕਿਉਂਕਿ ਤੁਸੀਂ BA ਵਿੱਚ ਹਿੰਦੀ, ਇੰਗਲਿਸ਼, ਪੰਜਾਬੀ, ਜਾਂ ਫੋਰ ਐਗਜ਼ਾਮਪਲ ਸੋਸ਼ਲ ਸਾਇੰਸ ਜਾਂ ਕੁਝ ਹੋਰ ਪੜ੍ਹਦੇ ਹੋ, ਤਾਂ ਉਹਦੇ ਵਿੱਚ ਕੋਈ ਸਪੈਸੀਫਿਕ ਕੋਰਸ ਨਹੀਂ ਕਰਦੇ ਤੁਸੀਂ, ਤਾਂ ਉਹਨੂੰ ਇੱਕ ਜਨਰਿਕ ਡਿਗਰੀ ਮੰਨਿਆ ਜਾਂਦਾ BA, ਤਾਂ ਉਹਦੇ ਬਾਅਦ ਵੀ ਤੁਸੀਂ ਹੋਸਪਿਟੈਲਿਟੀ ਲੈਵਲ 6 ਕਰ ਸਕਦੇ। ਤੁਸੀਂ ਦੇਖ ਰਹੇ ਦੇਸ਼ ਪ੍ਰਦੇਸ਼ ਲਾਈਵ, ਜਿਹਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਸਿਰਫ ਤੇ ਸਿਰਫ ਨਿਊਜ਼ੀਲੈਂਡ ਦੀ, ਨਿਊਜ਼ੀਲੈਂਡ ਦੇ ਸਟੂਡੈਂਟ ਵੀਜ਼ਾ ਦੀ ਮਿਡਵੇ ਵੱਲੋਂ, ਕਿਉਂਕਿ ਇੱਕੋ ਹੀ ਐਜੂਕੇਸ਼ਨ ਦੀ ਸਰਵਿਸ ਜਿਹੜੀ ਹੈ ਪ੍ਰੋਵਾਈਡ ਕਰਵਾਈ ਜਾਂਦੀ, ਉਹ ਹੈ ਸਿਰਫ ਕੰਟਰੀ ਨਿਊਜ਼ੀਲੈਂਡ। ਨਿਊਜ਼ੀਲੈਂਡ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਮਨ ਦੇ ਵਿੱਚ ਸਵਾਲ ਹੈ, ਕੋਰਸ ਨੂੰ ਲੈ ਕੇ, ਇੰਸਟੀਟਿਊਸ਼ਨਸ ਨੂੰ ਲੈ ਕੇ ਹੈ, ਇੰਟਰਵਿਊ ਨੂੰ ਲੈ ਕੇ, ਵਿਦ ਆਇਲਸ ਹੈ, ਵਿਦਆਊਟ ਆਇਲਸ ਹੈ, IPP ਨੂੰ ਲੈ ਕੇ ਹੈ, ਫੰਡਸ ਨੂੰ ਲੈ ਕੇ ਹੈ, ਹਰ ਤਰ੍ਹਾਂ ਦੀ ਕੁਐਰੀਜ਼ ਨੂੰ ਲੈ ਕੇ ਮਿਡਵੇ ਦੀ ਇਸ ਵਕਤ ਸਾਰੀਆਂ ਲਾਈਨਾਂ ਖੁੱਲੀਆਂ ਨੇ। ਕਿਸੇ ਵੀ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ। ਨੰਬਰ ਇਸ ਕਰਕੇ ਓਪਨ ਕੀਤੇ ਜਾਂਦੇ ਨੇ, ਲਾਈਨਾਂ ਇਸ ਕਰਕੇ ਹੁੰਦੀਆਂ ਨੇ, ਸਟਾਫ ਇਸ ਕਰਕੇ ਤੁਹਾਡਾ ਇੰਤਜ਼ਾਰ ਕਰਦਾ ਕਿ ਚੱਲਦੇ ਸ਼ੋਅ ਦੇ ਦੌਰਾਨ ਵਿਦਿਆਰਥੀ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਉਪਜਦੇ ਨੇ, ਉਹਨਾਂ ਦੇ ਜਵਾਬ ਲੈਣ ਵਾਸਤੇ ਵਿਦਿਆਰਥੀ ਬਹੁਤ ਜ਼ਿਆਦਾ ਐਕਸਾਈਟਡ ਹੁੰਦਾ ਕਿ ਹੁਣੇ ਉਹਨੂੰ ਉਸ ਸਵਾਲ ਦਾ ਜਵਾਬ ਮਿਲ ਸਕੇ। ਸੋ ਤੁਹਾਡੇ ਲਈ ਕਿਸੇ ਬਿਨਾਂ ਦੇਰੀ ਤੋਂ ਤੁਸੀਂ ਇੱਕ ਛੋਟੀ ਜਿਹੀ ਕਾਲ ਘੁਮਾਉਣੀ ਹੈਗੀ ਹੈ, ਮਿਡਵੇ ਦੀ ਸਾਰੀ ਦੀ ਸਾਰੀ ਟੀਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹੇਗੀ। ਕੋਈ ਵੀ ਮਨ ਦੇ ਵਿੱਚ ਸਵਾਲ ਹੈਗਾ ਉਹਨਾਂ ਸੰਬੰਧੀ ਤੁਸੀਂ ਜਾਣਕਾਰੀ ਲੈ ਸਕਦੇ ਹੋ। ਵੱਖ ਵੱਖ ਦਫ਼ਤਰ ਜਿਹੜੇ ਨੇ ਖਾਸ ਤੌਰ 'ਤੇ ਉਹਨਾਂ ਦੇ ਐਡਰੈਸਸ ਨੰਬਰ ਫਲੈਸ਼ ਕੀਤੇ ਜਾ ਰਹੇ ਨੇ, ਤੁਸੀਂ ਆਪਣੀ ਜਿਹੜੀ ਅਸੈਸਮੈਂਟ ਹੈਗੀ ਉਹ ਵੀ ਕਰਵਾ ਸਕਦੇ ਹੋ। ਪਿੱਛੇ ਜੇ ਮੇਰੇ ਖਿਆਲ ਐਜੂਕੇਸ਼ਨ ਫੇਅਰ ਵੀ ਲਾਇਆ ਸੀ, ਉਹਦੇ ਬਾਰੇ ਸਿਰਫ ਦੋ ਲਾਈਨਾਂ 'ਚ ਇੰਨਾ ਚੀਜ਼ ਪੁੱਛਣਾ ਚਾਹੂੰਗਾ ਕਿ ਵਿਦਿਆਰਥੀਆਂ ਦੇ ਕਿਸ ਤਰ੍ਹਾਂ ਦੇ ਸਵਾਲ ਸੀਗੇ ਨਿਊਜ਼ੀਲੈਂਡ ਸੰਬੰਧੀ? ਸੀ ਆਈ ਥਿੰਕ ਮੇਜੋਰਿਟੀ ਜਿਹੜੇ ਸਟੂਡੈਂਟ ਸੀ ਉਹਨਾਂ ਦਾ ਉਹ ਇੰਗਲਿਸ਼ ਨੂੰ ਲੈ ਕੇ ਹੀ ਕੁਐਰੀ ਸੀ, ਜਾਂ ਫੋਰ ਐਗਜ਼ਾਮਪਲ ਰਾਈਟ ਕੋਰਸਿਸ ਕਿਹੜੇ ਨੇ ਉਹਨਾਂ ਦੇ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਹੋਣੇ ਚਾਹੀਦੇ ਨੇ, ਫਿਊਚਰ ਪ੍ਰੋਗਰੈਸ਼ਨ ਵਾਈਜ਼ ਕਿਹੜੇ ਰਾਈਟ ਕੋਰਸ, ਰਿਲੇਵੈਂਟ ਕੋਰਸ ਆ, ਇਹ ਦੋ ਚੀਜ਼ਾਂ 'ਤੇ ਜ਼ਿਆਦਾ ਸੀ, ਕਿਉਂਕਿ ਅੱਜ ਕੱਲ੍ਹ ਮੇਰੇ ਖਿਆਲ 'ਚ ਫੰਡਸ ਦੇ ਬਾਰੇ ਕਾਫੀ ਕਲੈਰਿਟੀ ਹੈ ਪੰਜਾਬ ਮਾਰਕੀਟ 'ਚ, ਨੋਰਥ ਇੰਡੀਆ 'ਚ ਸਟੂਡੈਂਟਸ ਨੂੰ, ਹਾਂ, ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਅਗਰ ਫੰਡਸ ਮੇਰੇ ਪੁਰਾਣੇ ਨਹੀਂ ਹੈਗੇ ਤਾਂ ਮੈਂ FTS 'ਤੇ ਹੋ ਜਾਵਾਂਗਾ। ਇਨਫੈਕਟ ਜਿਹੜਾ ਫੰਡਸ 'ਤੇ ਡਿਕਲਾਈਨ ਇਮੀਗ੍ਰੇਸ਼ਨ ਦਾ ਮੇਰੇ ਖਿਆਲ 'ਚ 4-5% ਹੀ ਰਹਿ ਗਿਆ, ਕਿਉਂਕਿ ਉਹਦੇ ਵਿੱਚ ਇਮੀਗ੍ਰੇਸ਼ਨ ਆਫਿਸਰ ਤੁਹਾਨੂੰ ਆਪਸ਼ਨ ਦਿੰਦਾ, ਅਗਰ ਫੋਰ ਐਗਜ਼ਾਮਪਲ ਉਹ ਪੁਰਾਣੇ ਫੰਡ 'ਤੇ ਸੈਟਿਸਫਾਈਡ ਨਹੀਂ ਆ, ਤੁਹਾਨੂੰ ਆਪਸ਼ਨ ਦੇ ਦਿੰਦਾ ਕਿ ਤੁਸੀਂ ਰੀਸੈਂਟ ਫੰਡ ਪਾ ਕੇ FTS 'ਤੇ ਪ੍ਰੋਸੈਸ ਕਰ ਦਿਓ, ਵੀਜ਼ਾ ਅਪਰੂਵ ਹੋ ਜਾਏਗਾ। ਤੋ ਦੈਟ ਇਜ਼ ਨੋਟ ਐਨ ਇਸ਼ੂ, ਉਹ ਵਾਲਾ ਇਸ਼ੂ ਖਤਮ ਹੋ ਗਿਆ ਹੁਣ ਫੰਡਸ ਵਾਲਾ। ਹੁਣ ਜਿਹੜਾ ਮੇਨ ਇਸ਼ੂ ਹੈ ਕਿ ਇੰਗਲਿਸ਼ ਦੀ ਕ੍ਰਾਈਟੇਰੀਆ ਕੀ ਆ, ਕਿਹੜੇ ਇੰਸਟੀਟਿਊਸ਼ਨ ਉਹਨੂੰ ਐਕਸੈਪਟ ਕਰ ਰਹੇ ਨੇ, ਔਰ ਅਗਰ ਕਰ ਵੀ ਰਹੇ ਨੇ ਤਾਂ ਕਿੰਨੇ ਮਾਰਕਸ 'ਤੇ ਕਰ ਰਹੇ ਨੇ, ਕਿੰਨੇ ਪਰਸੈਂਟੇਜ 'ਤੇ ਕਰ ਰਹੇ ਨੇ।
ਇਮੀਗ੍ਰੇਸ਼ਨ ਦਾ ਕੀ ਵਿਊ ਪੁਆਇੰਟ ਆ ਇਨ ਟਰਮਸ ਆਫ ਇੰਗਲਿਸ਼ ਇੰਟਰਨਲ ਟੈਸਟ, ਜਿਹੜੇ ਕਈ ਕਾਲਜ ਇੰਟਰਨਲ ਟੈਸਟ ਵੀ ਕੰਡਕਟ ਕਰ ਰਹੇ ਨੇ, ਉਹਨਾਂ ਦਾ ਇਮੀਗ੍ਰੇਸ਼ਨ ਦਾ ਕੀ ਵਿਊ ਪੁਆਇੰਟ ਆ, ਐਂਡ ਦੈਨ ਪ੍ਰੋਗਰੈਸ਼ਨ ਬੇਸਿਕਲੀ। ਕਈ ਸਟੂਡੈਂਟਸ ਉੱਥੇ, ਕਾਫੀ ਸਾਰੇ ਸਟੂਡੈਂਟਸ ਇਹੋ ਜਿਹੇ ਆਏ ਸੀ, ਉਹਨਾਂ ਨੂੰ ਪਤਾ ਹੀ ਨਹੀਂ ਕੋਰਸ ਕਿਹੜਾ ਕਰਨਾ, ਕਿਹੜਾ ਰੈਲੇਵੈਂਟ ਕੋਰਸ ਆ, ਕਿਹੜੀ ਓਪਰਚੁਨਿਟੀ ਬੈਸਟ ਆ ਉਹਨਾਂ ਵਾਸਤੇ। ਕਈ ਪ੍ਰਾਈਵੇਟ ਕਾਲਜਸ ਦੇ ਆਫਰ ਲੈ ਕੇ ਵੀ ਆਏ ਸੀ ਜੋ ਕਿ ਬੰਦ ਹੋਣ ਦੇ ਤਗਾਰ ਦੇ ਨੇ ਇਹਨਾਂ ਨੂੰ, ਉਹ ਲੇਕਿਨ ਕੁਆਲੀਫਾਈ, ਉਹਨਾਂ ਦੇ ਆਇਲ ਸਕੋਰ ਵੀ ਅੱਛਾ ਸੀ, ਉਹ ਕਈ ਕੁਆਲੀਫਾਈ ਗਵਰਨਮੈਂਟ ਪੋਲੀਟੈਕਨਿਕਸ 'ਤੇ ਹੁੰਦੇ ਸੀ, ਉਹਨਾਂ ਨੂੰ ਉੱਥੇ ਸਪੋਟ 'ਤੇ ਗਵਰਨਮੈਂਟ ਪੋਲੀਟੈਕਨਿਕਸ ਨੇ ਆਫਰ ਵੀ ਇਸ਼ੂ ਕਰਤਾ। ਇਹ ਵੀ ਉਹੀ ਕਹਾਣੀ ਹੋਏਗੀ ਕਿ ਉਹਨਾਂ ਏਜੰਟਾਂ ਕੋਲ ਫਸ ਗਏ ਜਿਨ੍ਹਾਂ ਦੇ ਟਾਈ ਅਪਸ ਨਹੀਂ, ਉਹਨਾਂ ਨੇ ਉੱਥੇ ਹੀ ਪਾਤਾ ਜਿੱਥੇ ਟਾਈ ਅਪ। ਹਾਂ, ਉਹ ਇੱਕ ਦੋ ਕਾਲਜ ਜਿਹੜੇ ਚੱਲੇ ਨੇ ਪੰਜਾਬ 'ਤੇ ਉਹੀ ਚੱਲੀ ਜਾ ਰਹੇ ਨੇ, ਉਹਦੇ ਸਭ ਕੋਲ ਹੀ ਆਫਰ ਉਹਦੇ ਹੁੰਦੇ ਨੇ, ਉਹਨਾਂ ਨੂੰ ਸਪੋਟ 'ਚ ਕੰਡੀਸ਼ਨਲ ਆਫਰ ਕਾਲਜਸ ਨੇ ਦਿੱਤੀ ਹੈ, ਓਬਵੀਅਸਲੀ ਅਨਕੰਡੀਸ਼ਨਲ ਨਹੀਂ ਦਿੱਤੀ, ਕੰਡੀਸ਼ਨਲ ਆਫਰ ਸਪੋਟ 'ਤੇ ਦਿੱਤੀ ਹੈ ਜਿਹੜੀ ਲੇਟਰ ਸਟੇਜ 'ਤੇ ਅਨਕੰਡੀਸ਼ਨਲ ਹੋ ਸਕਦੀ ਹੈ ਅਗਰ ਡਾਕੂਮੈਂਟ ਤੁਸੀਂ ਫੁਲਫਿਲ ਕਰ ਸਕਦੇ ਹੋ। ਕਾਫੀ ਅੱਛੀ ਓਪਰਚੁਨਿਟੀ ਮਿਲੀ ਸਟੂਡੈਂਟਸ ਨੂੰ, ਕਾਫੀ ਟਰਨ ਅਰਾਊਂਡ ਸੀ ਸਟੂਡੈਂਟਸ ਦਾ, ਔਰ ਕਾਫੀ ਸਕਸੈਸਫੁਲ ਰਹਾ ਸਾਡਾ ਜਿਹੜਾ। ਜੇ ਕੋਈ ਵਿਦਿਆਰਥੀ ਗਲਤ ਏਜੰਟ ਕੋਲ ਚਲਾ ਗਿਆ, ਗਲਤ ਫਾਈਲ ਲੱਗ ਗਈ, ਰਿਜੈਕਸ਼ਨਸ ਹੋ ਗਈ, ਫਿਊਚਰ 'ਚ ਕੀ ਪਲਾਨਿੰਗ ਕਰਨੀ ਚਾਹੀਦੀ? ਰਿਜੈਕਟਡ ਕੇਸਾਂ ਨੂੰ ਤੁਸੀਂ ਕਿਵੇਂ ਦੇਖ? ਕੁਛ ਫਰਕ ਨਹੀਂ ਪੈਂਦਾ ਅਗਰ ਰਿਜੈਕਟਡ ਕੇਸਿਸ, ਕੋਈ ਗਲਤੀ ਹੋ ਗਈ ਹੈ ਕਿਸੇ ਨੇ ਤਾਂ ਗਲਤੀ ਸੁਧਾਰਨ ਦਾ ਵੀ ਮੌਕਾ ਹੁੰਦਾ ਹੈ, ਠੀਕ ਹੈ। ਅਸੀਂ ਕਈ ਕੇਸਿਸ, ਹੁਣ ਰੀਸੈਂਟਲੀ ਇੱਕ ਕੇਸ ਦੇਖਿਆ ਜਿਹੜਾ ਯੂ ਨੋ 3 ਸਾਲ ਪਹਿਲਾਂ ਰਿਜੈਕਸ਼ਨ ਸੀ 12th ਦੇ ਬਾਅਦ, ਉਹ ਮੇਰੇ 2 ਸਾਲ ਪਹਿਲਾਂ 12th ਦੇ ਬਾਅਦ ਉਹਨੇ 1 ਸਾਲ ਦਾ ਆਲਰੇਡੀ ਕੋਰਸ ਕਰ ਚੁੱਕੇ, ਬੀ ਏ ਵਿੱਚ ਐਨਰੋਲ ਕੀਤਾ ਸੀ, ਬੀ ਏ ਦਾ ਫਸਟ ਈਅਰ ਕੰਪਲੀਟ ਕੀਤਾ ਸੀ, ਠੀਕ ਹੈ। ਔਰ ਉਹਦੇ ਬਾਅਦ ਮੇਰੇ ਖਿਆਲ 'ਚ ਉਹਦੇ 5.5 ਬੈਂਡ ਆਇਲ ਸੀ, ਔਰ ਕਿਸੇ ਏਜੰਟ ਨੇ ਉਹਦਾ ਫਸਟ ਈਅਰ ਸ਼ੋਅ ਨਹੀਂ ਕੀਤਾ ਸੀ, ਗੈਪ ਸ਼ੋਅ ਕਰਕੇ ਕੁਛ ਹੋਰ ਪ੍ਰੋਡਿਊਸ ਕਰਤਾ ਸੀ ਡਾਕੂਮੈਂਟਸ, ਉਹਦਾ ਡਿਕਲਾਈਨ ਸੀ। ਹੁਣ ਸਟੂਡੈਂਟ ਨੇ ਉਹਦੇ ਬਾਅਦ ਆਪਣੀ ਬੀ ਏ ਕੰਪਲੀਟ ਕਰ ਲਈ, 2 ਸਾਲ ਬਾਅਦ ਆਇਲਸ ਇੰਪਰੂਵ ਕਰਕੇ 6 ਬੈਂਡ ਦਾ ਵੀਜ਼ਾ ਉਹਦਾ ਆ ਗਿਆ 15 ਦਿਨ 'ਚ। ਅੱਛਾ, ਬਾਅਦ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਪ੍ਰੋਗਰੈਸ਼ਨ ਹੋਣੀ ਚਾਹੀਦੀ ਹੈ, ਪ੍ਰੋਗਰੈਸ਼ਨ ਹੋਣੀ ਚਾਹੀਦੀ ਹੈ। ਔਰ ਸਟੂਡੈਂਟ ਨੂੰ ਯੂ ਨੋ ਅਗਰ ਕੋਈ ਰੀਜ਼ਨ ਦੇ ਕੇ ਡਿਕਲਾਈਨ ਕੀਤਾ, ਫੋਰ ਐਗਜ਼ਾਮਪਲ ਇੰਟਰਵਿਊ ਰੀਜ਼ਨ 'ਤੇ ਡਿਕਲਾਈਨ ਆ, ਸਟੂਡੈਂਟ ਉਹਨੂੰ ਰੀਅਪਲਾਈ ਕਰ ਸਕਦਾ ਹੈ 2-3 ਮਹੀਨੇ ਬਾਅਦ ਡਿਕਲਾਈਨ, 2 ਮਹੀਨੇ ਬਾਅਦ ਆਪਣਾ ਉਸ ਏਰੀਆ ਨੂੰ ਇੰਪਰੂਵ ਕਰੇ। ਬੇਸਿਕਲੀ ਨੋਨ ਆਇਲਸ ਵਾਲੇ ਜਿਹੜੇ ਸੀ, ਵਿਦਆਊਟ ਆਇਲਸ ਵਾਲੇ ਮੈਕਸਿਮਮ ਤੁਹਾਨੂੰ ਡਿਕਲਾਈਨ ਮਿਲਣਗੇ 80% ਪੰਜਾਬ ਮਾਰਕੀਟ 'ਤੇ। ਸਭ ਨੂੰ ਮੈਂ ਰਿਕਮੈਂਡ ਕਰਾਂਗਾ ਪੀਅਰਸਨ ਟੈਸਟ ਦਿਓ, ਪੀਅਰਸਨ ਦਾ ਇੱਕ ਐਸੇ ਬੱਚੇ ਦੇ ਬੈਨ ਤਾਂ ਨਹੀਂ ਲੱਗਦਾ, ਸਿਰਫ ਤੇ ਸਿਰਫ ਇੱਕ ਰਿਜੈਕਸ਼ਨ ਆਣੀ ਹੈ। ਹਾਂ ਜੀ, ਨਹੀਂ ਉਹਦਾ ਰਿਜੈਕਸ਼ਨ ਆਈ ਹੈ, ਉਹ ਤੁਸੀਂ ਪੀਅਰਸਨ, ਤੁਸੀਂ ਇੰਗਲਿਸ਼ ਇੰਪਰੂਵ ਕਰੋ, ਮੈਂ ਨਹੀਂ ਕਹਿੰਦਾ ਕਿ ਤੁਸੀਂ ਲੌਜ ਕਰੋ ਬਿਨਾਂ ਗੱਲ ਤੋਂ, ਉਹਨੂੰ ਇੰਪਰੂਵ ਕਰੋ। ਇੰਗਲਿਸ਼ ਨੇ 1-2 ਮਹੀਨੇ ਦੀ ਕੋਚਿੰਗ ਕਲਾਸਿਸ ਲਓ, ਪੀਅਰਸਨ ਦਾ ਟੈਸਟ ਦਿਓ। ਜਿਵੇਂ ਆਇਲਸ ਤੁਹਾਨੂੰ ਟਾਈਮ ਕਾਫੀ ਲੱਗ ਜਾਂਦਾ, 1-1.5 ਮਹੀਨਾ 2 ਮਹੀਨਾ ਲੱਗ ਜਾਂਦਾ, ਪੀਅਰਸਨ ਦਾ ਨੈਕਸਟ ਡੇ ਤੁਹਾਨੂੰ ਡੇਟ ਮਿਲ ਜਾਂਦੀ ਹੈ, ਨੈਕਸਟ ਡੇ। ਅੱਛਾ, ਨੈਕਸਟ ਡੇ ਡੇਟ ਮਿਲ ਜਾਂਦੀ ਹੈ, 2 ਦਿਨ ਬਾਅਦ ਰਿਜ਼ਲਟ ਆ ਜਾਂਦਾ, ਯਾਨੀ ਕਿ 3-4 ਦਿਨ ਦਾ ਪ੍ਰੋਸੈਸ ਹੈ। ਹਫਤੇ ਦਾ ਮੈਕਸਿਮਮ ਲਗਾ ਲਓ ਤੁਸੀਂ, 5-6 ਡੇਜ਼ ਲਗਾ ਲਓ। ਸਭ ਤੋਂ ਵੱਡੀ ਸਮੱਸਿਆ ਹੀ ਆਇਲਸ ਦੀ ਹੈ, ਸਮੱਸਿਆ ਹੀ ਹੈ। ਫੀਸ ਆਲਮੋਸਟ ਸੇਮ ਹੈ ਜਿਹੜੀ ਆਇਲਸ ਦੀ, ਪੀਅਰਸਨ ਦੀ ਆਲਮੋਸਟ ਫੀਸ ਬਿਲਕੁਲ ਸੇਮ ਆ। ਤੁਸੀਂ ਸਾਰੇ ਸਟੂਡੈਂਟ ਜਿਨ੍ਹਾਂ ਨੇ ਆਇਲਸ ਦੀ ਵਜ੍ਹਾ ਨਾਲ ਰਿਫਿਊਜ਼ਲ ਹੋਏ ਨੇ, ਵਿਦਆਊਟ ਆਇਲਸ ਰਿਫਿਊਜ਼ ਹੋਏ ਨੇ, ਇੰਟਰਵਿਊ ਬੇਸਡ ਹੋਏ ਨੇ, ਪੀਅਰਸਨ ਟੈਸਟ ਦਿਓ ਜਾਂ ਸਾਨੂੰ ਕੰਟੈਕਟ ਕਰੋ, ਅਸੀਂ ਤੁਹਾਨੂੰ ਅੱਗੇ ਦਾ ਰਸਤਾ ਦੱਸਾਂਗੇ। ਵੀਜ਼ਾ ਫਿਰ ਵੀ ਪੋਸਿਬਿਲਿਟੀ ਹੈ, ਇਹ ਨਹੀਂ ਸੋਚੋ ਕਿ ਤੁਸੀਂ ਰਿਜੈਕਟ ਇੱਕ ਵਾਰ ਨਿਊਜ਼ੀਲੈਂਡ ਹੋ ਗਿਆ ਤਾਂ ਤੁਹਾਡਾ ਵੀਜ਼ਾ ਨਹੀਂ ਮਿਲੇਗਾ। ਕੁਝ ਖਾਸ ਸ਼ਹਿਰਾਂ ਔਰ ਖਾਸ ਕਾਲਜਸ ਦੇ ਇੰਸਟੀਟਿਊਸ਼ਨ ਦੇ ਵਿੱਚ ਪੀਅਰਸਨ ਹੈ ਜਾਂ ਨਿਊਜ਼ੀਲੈਂਡ 'ਚ ਕਿਤੇ ਵੀ ਪੀਅਰਸਨ ਚੱਲ? ਇਸ ਟਾਈਮ ਇਮੀਗ੍ਰੇਸ਼ਨ ਨਿਊਜ਼ੀਲੈਂਡ ਪਹਿਲਾਂ ਇਹ ਵਾਲਾ ਕ੍ਰਾਈਟੇਰੀਆ ਸੀ, ਕਈ ਕਾਲਜਸ ਐਕਸੈਪਟ ਕਰ ਸਕਦੀ ਹੈ। ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਹਿਤਾ ਹੈ ਕਿ ਆਇਲਸ, ਟੋਫਲ ਔਰ ਪੀਟੀ, ਪੀਅਰਸਨ ਟੈਸਟ ਜਿਹੜਾ ਹੈ ਉਹ ਸਾਰੇ ਐਕਸੈਪਟਡ ਹੈ, ਤਿੰਨੋਂ ਦੇ ਤਿੰਨ। ਤਾਂ ਇਟ ਮੀਨਸ ਸਾਰੇ ਕਾਲਜਸ ਐਕਸੈਪਟ ਕਰਦੇ ਹੋ? ਜੀ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਦੇਸ਼ ਪ੍ਰਦੇਸ਼ ਲਾਈਵ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ। ਨਿਊਜ਼ੀਲੈਂਡ ਦੀ ਮਨ ਦੇ ਵਿੱਚ ਕੋਈ ਵੀ ਸਵਾਲ ਹੈਗਾ ਕਾਲ ਕਰ ਸਕਦੇ, ਸ਼ੋਅ ਦੁਆਰਾ ਦੇਖਣਾ ਚਾਹੁੰਦੇ ਹੋ 4:45 ਤੋਂ 5:15 ਵਜੇ ਤੱਕ, ਕਈ ਸ਼ੋਅ ਲੈ ਕੇ ਕੱਲ ਨੂੰ ਫਿਰ ਹਾਜ਼ਰ ਹੋਵਾਂਗੇ। ਇੰਪੋਰਟੈਂਟ ਸਵਾਲ ਇਹ ਪੈਦਾ ਹੋ ਰਿਹਾ ਇਸ ਵਕਤ ਕਿ ਨਿਊਜ਼ੀਲੈਂਡ ਦੀ ਐਜੂਕੇਸ਼ਨ ਨੂੰ ਵਿਦਿਆਰਥੀ ਨੂੰ ਕਿਉਂ ਅਡੋਪਟ ਕਰਨਾ ਚਾਹੀਦਾ, ਨਿਊਜ਼ੀਲੈਂਡ ਹੀ ਕਿਉਂ ਨਾ ਚਾਹੀਦਾ, ਕਿਉਂ ਮਤਲਬ ਚੂਜ਼ ਕਰਨਾ ਚਾਹੀਦਾ ਹੈਗਾ? ਸੇ ਦੇ ਐਡਵਾਂਟੇਜਸ ਕਾਫੀ ਸਾਰੇ ਨੇ, ਅੱਜ ਕੱਲ੍ਹ ਤਾਂ ਸਭ ਨੂੰ ਪਤਾ ਹੀ ਹੈ। ਬੇਸਿਕਲੀ 2 ਮੇਨ ਕੰਟਰੀਆਂ ਰਹਿ ਗਈਆਂ ਇਸ ਟਾਈਮ ਸਟੂਡੈਂਟ ਵਾਸਤੇ, ਜਿਹੜੇ ਸਟੂਡੈਂਟਸ ਜਿੱਥੇ ਸਟੇਬਿਲਿਟੀ ਹੈ, ਜਿੱਥੇ ਸਟੇਬਿਲਿਟੀ ਹੈ, ਜਿੱਥੇ ਸਟੂਡੈਂਟਸ ਯੂ ਨੋ ਫਿਊਚਰ ਇਹ ਸੋਚਦਾ ਹੈ ਕਿ ਮੈਂ ਪਹਿਲਾਂ ਉੱਥੇ ਪੜ੍ਹਾਂ, ਜੋਬ ਕਰਾਂ, ਫਿਰ ਦੈਨ ਐਂਡ ਆਫ ਦੀ ਡੇ ਸੈਟਲਮੈਂਟ ਵਾਸਤੇ ਆਪਣੀ ਫਾਈਲ ਲੌਂਚ ਕਰਾਂ, ਉਹਦੇ ਵਾਸਤੇ ਜਾਂ ਤਾਂ ਕੈਨੇਡਾ ਰਹਿ ਗਿਆ ਜਾਂ ਨਿਊਜ਼ੀਲੈਂਡ ਰਹਿ ਗਿਆ, 2 ਹੀ ਕੰਟਰੀਆਂ ਜਿਹਦੇ ਵਿੱਚ ਰਿਕੁਆਇਰਮੈਂਟ ਆ। ਬੇਸਿਕਲੀ ਉਹਨਾਂ ਨੂੰ ਰਿਕੁਆਇਰਮੈਂਟ ਆ, ਇਹ ਤੁਹਾਡੇ ਕੋਈ ਫੈਸਿਲਿਟੀ ਨਹੀਂ ਦੇ ਰਹੇ, ਬਸ ਉਸ ਕੰਟਰੀ ਨੂੰ ਇੱਕ ਰਿਕੁਆਇਰਮੈਂਟ ਆ, ਸਕਿਲਡ ਫੋਰਸ ਦੀ ਜ਼ਰੂਰਤ ਹੈ, ਉਹਨਾਂ ਨੂੰ ਜ਼ਰੂਰਤ ਆ, ਤੁਹਾਡੇ ਸਕਿਲਸ ਦੀ ਉਹਨਾਂ ਨੂੰ ਜ਼ਰੂਰਤ ਆ।
ਠੀਕ ਹੈ, ਤਾਂ ਉਹਦੀ ਜ਼ਰੂਰਤ ਦੇ ਹਿਸਾਬ ਨਾਲ ਅਗਰ ਤੁਸੀਂ ਸਕਿੱਲਡ ਕੋਰਸਿਸ 'ਤੇ ਜਾ ਰਹੇ ਹੋ ਜਾਂ ਅੱਛੀ ਤਰ੍ਹਾਂ ਪੜ੍ਹਨ ਜਾ ਰਹੇ ਹੋ ਨਿਊਜ਼ੀਲੈਂਡ ਜਿਵੇਂ ਕੰਟਰੀ 'ਚ, ਤੁਹਾਡਾ ਫਿਊਚਰ ਬਿਲਕੁਲ ਸੇਫ ਆ। ਨਿਊਜ਼ੀਲੈਂਡ ਜਿਵੇਂ ਬੈਟਰ, ਨਿਊਜ਼ੀਲੈਂਡ ਇਸ ਟਾਈਮ ਆਈ ਥਿੰਕ ਨੰਬਰ 1 ਕੰਟਰੀ ਹੋਣੀ ਚਾਹੀਦੀ ਇਨ ਟਰਮਸ ਆਫ ਸਟੂਡੈਂਟ ਵੀਜ਼ਾਸ। ਨੰਬਰਸ ਦੀ ਮੈਂ ਜਿਵੇਂ ਗੱਲ ਕਰ ਰਿਹਾ, ਜਿਵੇਂ ਸਾਡੀ ਮੀਟਿੰਗ ਸੀ ANZRA ਦੀ, ਮੈਕਸੀਮਮ 56% ਨੰਬਰ ਸੀ, 51% ਸੋਰੀ, ਜਿਹੜੇ ਨੰਬਰਸ ਆ ਇੰਡੀਆ ਵਿੱਚੋਂ ਉਹ ਜਾ ਰਹੇ ਨੇ ਪੰਜਾਬ ਤੋਂ, 51% ਟੋਟਲ ਇੰਡੀਆ ਤੋਂ ਜਿਹੜੇ ਜਾ ਰਹੇ ਨੇ ਉਹ ਪੰਜਾਬ ਤੋਂ ਹੀ ਜਾ ਰਹੇ, ਬਿਗ ਨੰਬਰਸ। ਔਰ ਲਾਸਟ ਈਅਰ ਜਿਹੜੇ ਕਾਰਨ ਸਮਝ ਦੇਦਾ ਤੁਸੀਂ, ਇੰਨਾ ਵੱਡਾ ਨੰਬਰ ਜਿਹੜਾ ਹਿਊਜ ਨੰਬਰਸ ਪੰਜਾਬ ਤੋਂ ਨਿਊਜ਼ੀਲੈਂਡ ਅਪਲਾਈ ਹੋ ਰਿਹਾ ਔਰ ਜਾ ਰਿਹਾ, ਇਹਦੇ ਪੰਜਾਬੀ ਦੇ ਬਲੱਡ 'ਚ ਹੀ ਹੈ। ਵੀ ਆਰ ਵੈਰੀ ਐਡਵੈਂਚਰਸ, ਅਸੀਂ ਰਿਸਕ ਲੈਣਾ ਚਾਹੁੰਦੇ ਹਾਂ, ਲਾਈਫ 'ਚ ਅੱਗੇ ਵਧਣਾ ਚਾਹ ਰਹੇ ਹਾਂ, ਠੀਕ ਹੈ। ਇਹ ਨਹੀਂ ਕਿ ਇੱਕ ਜਗ੍ਹਾ ਜੋ ਅਸੀਂ ਬੈਠੇ ਰਹੀਏ, ਜੋ ਮਿਲ ਰਿਹਾ ਉਹਦੇ 'ਚ ਖੁਸ਼ ਹਾਂ, ਅਸੀਂ ਅੱਗੇ ਵਧਣਾ ਚਾਹ ਰਹੇ ਹਾਂ, ਅਸੀਂ ਉਹ ਰਿਸਕ ਲੈਣਾ ਚਾਹੀਦਾ ਲਾਈਫ 'ਚ। ਇਸ ਤੋਂ ਇਲਾਵਾ ਬਹੁਤ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਇਹਦੇ ਵਿੱਚ, ਅਸੀਂ ਸਟੈਂਡ ਆਊਟ ਕਰਦੇ ਹਾਂ ਪੰਜਾਬ। ਇਸ ਤੋਂ ਇਲਾਵਾ ਹੋਰ ਵੀ ਕਾਫੀ ਮੇਰੇ ਖਿਆਲ ਇੱਕ ਜਿਹੜੀ PR ਆ ਉਹ ਵੀ ਖਿੱਚ ਦਾ ਕਾਰਨ ਹੈ ਇੱਥੇ। ਹਾਂ ਸੈਟਲਮੈਂਟ ਓਬਵੀਅਸਲੀ, ਬੈਟਰ ਕੰਟਰੀ 'ਚ ਆਪਣੇ ਲਾਈਫ ਸਟਾਈਲ ਨੂੰ ਅਗਰ ਇੰਪਰੂਵ ਤੁਸੀਂ ਕਰਨਾ ਚਾਹ ਰਹੇ, ਪਿਛਲੇ 4 ਮਹੀਨੇ ਕਹਿ ਰਹੇ ਅਸੀਂ ਅੱਗੇ ਵਧਣਾ ਚਾਹ ਰਹੇ ਹਾਂ, ਅਸੀਂ ਸਾਡਾ ਲਾਈਫ ਸਟਾਈਲ ਇੰਪਰੂਵ ਕਰਨਾ ਚਾਹ ਰਹੇ ਹਾਂ। ਹੁਣ ਸਾਡੇ ਜਿਹੜੇ ਪੇਰੈਂਟਸ ਆਏ, ਗ੍ਰੈਂਡ ਪੇਰੈਂਟਸ ਆ, ਉਹ ਚਾਹ ਰਹੇ ਕਿ ਠੀਕ ਹੈ ਅੱਗੇ ਜਿਹੜੀ ਸਾਡੀ ਜਿਹੜੀ ਅੱਗੇ ਬੱਚੇ ਨੇ ਉਹ ਅੱਛੇ ਇੱਕ ਸੋਸਾਇਟੀ 'ਚ ਰਹਿਣ, ਉਹਨਾਂ ਦਾ ਅੱਗੇ ਪ੍ਰੋਗਰੈਸ ਅੱਛਾ ਹੋਏ, ਅੱਛਾ ਲਾਈਫ ਸਟਾਈਲ ਮੇਨਟੇਨ ਕਰਨ, 4-5 ਸਾਲ ਵਾਸਤੇ ਉਹ ਪੈਸਾ ਵੀ ਖਰਚ ਕਰਨਾ ਚਾਹ ਰਹੇ ਨੇ। ਜਿਹੜੇ ਇਹ ਵੀ ਖਿੱਚ ਦਾ ਕਾਰਨ ਹੈ ਕਿ 4-5 ਸਾਲ ਜਿਹੜਾ ਡਾਲਰ ਬਹੁਤ ਉੱਪਰ ਗਿਆ ਨਿਊਜ਼ੀਲੈਂਡ ਦਾ। ਹਾਂਜੀ, ਨਿਊਜ਼ੀਲੈਂਡ ਡਾਲਰ ਆਲਮੋਸਟ ਆਸਟ੍ਰੇਲੀਆ ਡਾਲਰ ਨਾਲ ਸੇਮ ਆ, ਕ੍ਰਾਈਮ ਫਰੀ ਕੰਟਰੀ ਹੈ। ਹੁਣ ਜਿਵੇਂ ਨਵੀਂ ਰੈਂਕਿੰਗ ਹੈ, ਟੌਪ 5 ਸਿਟੀਜ਼, ਨਿਊਜ਼ੀਲੈਂਡ ਜਿਹੜਾ ਟੌਪ 5 ਕੰਟਰੀਜ਼ ਇਨ ਦਾ ਵਰਲਡ ਰੈਂਕ ਹੋਇਆ ਰਹਿਣ ਵਾਸਤੇ, ਔਰ ਆਕਲੈਂਡ ਇਸ ਦਾ ਟੌਪ 10 ਸਿਟੀਜ਼ ਵਿੱਚ ਰੈਂਕ ਹੋਇਆ ਜਿਹਦੇ 'ਚ ਸਭ ਤੋਂ ਅੱਛੀ ਲਾਈਫ ਸਟਾਈਲ। ਬਾਕੀ ਇਹ ਦੋਨੋਂ ਰੈਂਕਿੰਗ ਆ। ਹਾਂ, ਇੱਕ ਕਹਿਣ ਵਾਲੀ ਗੱਲ ਨਹੀਂ, ਅਸੀਂ ਡਾਕੂਮੈਂਟਸ ਦੇ ਜ਼ਰੀਏ ਵੀ ਦਿਖਾ ਰਹੇ ਹਾਂ ਤੁਹਾਨੂੰ, ਜਿਹੜੇ ਤੁਹਾਡੇ ਦੋਸਤ ਮਿੱਤਰ ਰਿਲੇਟਿਵ ਗਏ ਹੋਏ ਨੇ ਉਹਨਾਂ ਨੂੰ ਵੀ ਤੁਸੀਂ ਪੁੱਛ ਸਕਦੇ ਹੋ। ਇਹ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਨਿਊਜ਼ੀਲੈਂਡ ਨੂੰ, ਬਟ ਉਹਦੇ ਬਾਰੇ ਇੱਕ ਸੱਚਾਈ ਦੱਸੀ ਜਾ ਰਹੀ ਕਿ ਨਿਊਜ਼ੀਲੈਂਡ ਨੂੰ ਮਤਲਬ ਇਸ ਕਰਕੇ ਅਡੋਪਟ ਕੀਤਾ ਜਾ ਰਿਹਾ, ਖਾਸ ਤੌਰ ਲੜਕੀਆਂ ਲਈ। ਮੇਰੇ ਖਿਆਲ ਬਹੁਤ ਸੇਫ ਹੈ ਲੜਕੀਆਂ ਵਾਸਤੇ ਬਹੁਤ ਸੇਫ ਆ, ਕਿਉਂਕਿ ਪੈਸਾ, ਇਨਫੈਕਟ ਸਟੂਡੈਂਟ ਜਿਹੜੀ ਪ੍ਰੋਟੈਕਸ਼ਨ ਆ ਨਾ ਉਹ ਸਭ ਤੋਂ ਬੈਸਟ ਆ ਉਹਦੇ ਵਿੱਚ। ਤੁਹਾਡੀ ਫੀਸ ਵੀ ਜਾ ਨਹੀਂ ਰਹੀ ਕਾਲਜ ਦੇ ਅਕਾਊਂਟ 'ਚ, ਤੁਹਾਡੀ ਫੀਸ ਵੀ ਪਬਲਿਕ ਟਰਸਟ 'ਚ ਜਾ ਰਹੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਲਜ ਕੋਈ ਫੋਰ ਐਗਜ਼ਾਮਪਲ ਬਲੈਕਲਿਸਟ ਹੋ ਜਾਂਦਾ, ਵਿਦਿਆਰਥੀ ਕੋਈ ਅਸਰ ਨਹੀਂ, ਪੈਸਾ ਤੁਹਾਡਾ ਪਬਲਿਕ ਟਰਸਟ 'ਚ ਆ, ਆਟੋਮੈਟਿਕ ਦੂਸਰੇ ਕਾਲਜ 'ਚ ਟ੍ਰਾਂਸਫਰ ਹੋ ਜਾਏਗਾ, ਠੀਕ ਹੈ। ਮੈਡੀਕਲ ਹੈਲਥ ਇੰਸ਼ੋਰੈਂਸ ਸਾਰਾ ਕਵਰਡ ਆ, ਜਿਵੇਂ ਤੁਸੀਂ ਲੈਂਡ ਕਰਦੇ ਹੋ ਨਿਊਜ਼ੀਲੈਂਡ 'ਚ, ਕਾਲਜ ਦੀ ਡਿਊਟੀ ਹੈ ਕਿ ਤੁਹਾਡਾ ਮੈਡੀਕਲ ਹੈਲਥ ਇੰਸ਼ੋਰੈਂਸ ਓਕੇ ਕਰੇ, ਉਹ ਵੀ ਸੇਫ ਆ। ਤਾਂ ਬੱਚਾ ਕੁਛ ਹੈ ਨਹੀਂ, ਬਿਲਕੁਲ ਸੇਫ ਕੰਟਰੀ ਹੈ। ਮੇਨ USP ਜਿਹੜਾ ਨਿਊਜ਼ੀਲੈਂਡ ਦਾ ਹੈ ਓਵਰ ਅਦਰ ਕੰਟਰੀਜ਼ ਇਸ ਲੋ ਕਾਸਟ ਆਫ ਲਿਵਿੰਗ, ਹਾਈ ਸਟੈਂਡਰਡ ਆਫ ਲਿਵਿੰਗ। ਜਿਹੜਾ ਕਾਸਟ ਆਫ ਲਿਵਿੰਗ ਆ ਉਹ ਘੱਟ ਆ, ਤੁਸੀਂ ਬਾਕੀ ਕੰਟਰੀਆਂ ਨਾਲ ਕੰਪੇਅਰ ਕਰੋ, ਸਟੈਂਡਰਡ ਆਫ ਲਿਵਿੰਗ ਜਿਹੜਾ ਉਹ ਕਾਫੀ ਹਾਈ ਆ, ਬਿਲਕੁਲ। ਤੇ ਇੱਕ ਬਹੁਤ ਵੱਡਾ USP ਆ। ਟਿਊਸ਼ਨ ਫੀਸ ਵੀ ਤੁਸੀਂ ਕੰਪੇਅਰ ਕਰੋਗੇ ਨਿਊਜ਼ੀਲੈਂਡ ਵਿਦ ਆਸਟ੍ਰੇਲੀਆ ਜਾਂ ਕੈਨੇਡਾ ਜਾਂ UK ਕੰਪੇਅਰ ਕਰੋਗੇ, ਉਹ ਵੀ ਕਾਫੀ ਕੰਮ ਘੱਟ ਆ। ਕੁਦਰਤੀ ਵੀ ਬਹੁਤ ਇੱਕ ਮੇਹਰ ਹੈ, ਸਵੱਲੀ ਨਜ਼ਰ ਹੈ ਨਿਊਜ਼ੀਲੈਂਡ ਦੇ ਉੱਪਰ, ਸਾਫ਼ ਸੁਥਰਾ ਜਿਹੜਾ ਵਾਤਾਵਰਣ ਹੈ, ਬਹੁਤ ਖੂਬਸੂਰਤ ਉੱਥੇ ਵਾਦੀਆਂ ਨੇ। ਔਰ ਦੂਜੀ ਗੱਲ ਜਿਹੜੀ ਵਿਦਿਆਰਥੀ ਲਈ ਖਿੱਚ ਦਾ ਕਾਰਨ ਇਹੀ ਬਣਦੀ ਕਿ ਵਿਦਿਆਰਥੀ UK ਆਸਟ੍ਰੇਲੀਆ ਕਈ ਦੇਸ਼ਾਂ ਦੇ ਵਿੱਚ ਅਪਲਾਈ ਕਰਦਾ ਸੀ, ਕਾਲਜ ਬੰਦ ਹੋ ਜਾਂਦੇ ਸੀ, ਵਿਦਿਆਰਥੀ ਨੂੰ ਦੁਬਾਰਾ ਐਡਮਿਸ਼ਨ ਲੈਣੀ ਪੈਂਦੀ ਸੀ, ਖੱਜਲ ਖੁਆਰੀਆਂ ਹੁੰਦੀਆਂ ਸੀਗੀਆਂ। ਇੱਥੇ ਨਹੀਂ ਹੈ, ਇੱਕ ਵਿਦਿਆਰਥੀ ਲਈ ਬਹੁਤ ਹੀ ਜ਼ਿਆਦਾ ਪ੍ਰੋਟੈਕਸ਼ਨ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ 'ਤੇ ਮਾਇਨੇ ਰੱਖਦੀ ਹੈਗੀ ਕਿ ਵਿਦਿਆਰਥੀ ਜਦੋਂ ਅਪਲਾਈ ਕਰਦਾ ਉਹਦਾ ਕਾਲਜ ਬੰਦ ਹੁੰਦਾ ਤਾਂ ਦੂਜੇ ਕਾਲਜ 'ਚ ਐਡਮਿਸ਼ਨ ਬੜੇ ਆਰਾਮ ਨਾਲ ਲੈ ਸਕਦਾ ਹੈਗਾ, ਉਹਦੀ ਫੀਸ ਜਿਹੜੀ ਹੈ ਪਬਲਿਕ ਟ੍ਰਾਂਸਫਰ ਦੇ ਵਿੱਚ ਜਾਣੀ ਹੈ। ਇਹ ਨਹੀਂ ਕਿ ਵਿਦਿਆਰਥੀ ਦੀ ਫੀਸ ਲੈ ਕੇ ਕਾਲਜ ਦੌੜ ਗਿਆ ਔਰ ਵਿਦਿਆਰਥੀ ਉਹਦੇ ਪਿੱਛੇ ਦੌੜਿਆ ਫਿਰ, ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ। ਐਜੂਕੇਸ਼ਨ ਪਾਲਿਸੀਜ਼ ਬੜੀਆਂ ਕਲੀਅਰ ਨੇ। ਚੱਲਦੇ ਚੱਲਦੇ ਸਿਰਫ ਇੰਨੇ ਕੁ ਜ਼ਰੂਰ ਪੁੱਛਣਾ ਚਾਹੂੰਗਾ ਕਿ ਮਿਡਵੇ ਸਿਰਫ ਤੇ ਸਿਰਫ ਪ੍ਰਮੋਟ ਕਰ ਰਿਹਾ ਨਿਊਜ਼ੀਲੈਂਡ, ਉਹਦੇ ਪਿੱਛੇ ਖਾਸ ਵਜ੍ਹਾ ਕੀ ਹੈ? ਨਿਊਜ਼ੀਲੈਂਡ ਸ਼ੁਰੂ ਤੋਂ ਹੀ ਮੇਰੇ ਖਿਆਲ 'ਚ ਲਾਸਟ 6 ਈਅਰਸ ਤੋਂ, ਜਿਹੜੇ 6 ਸਾਲ ਤੋਂ ਅਸੀਂ ਸਿਰਫ ਨਿਊਜ਼ੀਲੈਂਡ ਹੀ ਪ੍ਰਮੋਟ ਕਰਦੇ ਹਾਂ। ਇਨੀਸ਼ੀਅਲੀ ਅਸੀਂ UK ਕਰਦੇ ਸੀ, ਲੇਕਿਨ ਉਹਦੇ ਬਾਅਦ ਆਸਟ੍ਰੇਲੀਆ ਵੀ ਕਰਦੇ ਸੀ, ਥੋੜ੍ਹਾ ਬਹੁਤ ਕੈਨੇਡਾ ਵੀ ਕਰਦੇ ਸੀ। ਐਟ ਦਿਸ ਮੂਮੈਂਟ ਨਿਊਜ਼ੀਲੈਂਡ ਹੀ ਫੋਕਸ ਆ, ਕਿਉਂਕਿ ਰੈਫਰਲ ਹੈ ਔਰ ਫੀਡਬੈਕ ਹੈ ਔਰ ਟਰੱਸਟ ਆ, ਔਰ ਜਿਹੜੀ ਸਟੈਂਡਿੰਗ ਆ ਸਾਡੀ ਸਾਰੀ ਨਿਊਜ਼ੀਲੈਂਡ ਬੇਸਡ ਹੀ ਹੈ।
ਜਿਹੜਾ ਅਗਰ ਤੁਸੀਂ 1000 ਬੱਚਾ 1500 ਬੱਚਾ ਸਾਡਾ ਅਗਰ ਨਿਊਜ਼ੀਲੈਂਡ ਪੜ੍ਹ ਰਿਹਾ ਉਹਦੀ ਰੈਫਰੈਂਸ ਹੀ ਕਾਫੀ ਸਾਨੂੰ ਮਿਲ ਜਾਂਦੀ ਹੈ। ਇੱਕ ਵਿਦਿਆਰਥੀ ਨੂੰ ਬੈਨੀਫਿਸ਼ੀਅਲ ਚੀਜ਼ ਹੈ ਜਗਜੀਤ ਜੀ ਕਿ ਇੱਕ ਵਿਦਿਆਰਥੀ ਜਦੋਂ ਜਾਂਦਾ ਕਿਸੇ ਕੋਲ 5 ਦੇਸ਼ ਨੇ, ਥੋੜੀ ਜਿਹੀ ਜਾਣਕਾਰੀ ਇਹਦੇ ਕੋਲ ਹੈ, ਥੋੜੀ ਜਿਹੀ ਦੂਜੇ ਕਾਉਂਸਲਰ ਕੋਲ ਹੈ, ਥੋੜੀ ਜਿਹੀ ਤੀਜੇ ਕੋਲ ਹੈ, ਹੁਣ ਤੁਹਾਡਾ ਜਿਹੜਾ ਕਾਉਂਸਲਰ ਦਾ ਸਟਾਫ ਹੈ ਸਾਰਾ ਕੁਝ ਸਾਰਾ ਸਟਾਫ ਹੀ ਹੈ, ਨਿਊਜ਼ੀਲੈਂਡ ਬੇਸਡ ਹੀ ਹੈ ਸਾਰਾ ਕੁਝ, ਨਿਊਜ਼ੀਲੈਂਡ ਦੀ ਹੀ ਜਾਣਕਾਰੀ ਹੈ ਆਲਮੋਸਟ 40 ਦਾ ਸਟਾਫ ਹੈ ਮੇਰਾ ਆਫਿਸਰਸ ਦਾ, ਸਾਰੇ ਹੀ ਨਿਊਜ਼ੀਲੈਂਡ ਫੋਕਸਡ ਹੀ ਹੈ, ਸਾਰੇ ਨਿਊਜ਼ੀਲੈਂਡ, ਸਾਰੇ ਹੀ ਤੁਹਾਨੂੰ ਨਿਊਜ਼ੀਲੈਂਡ ਦੇ ਹੀ ਦੱਸਣਗੇ, ਸਾਰੇ ਵੈਲ ਟ੍ਰੇਨਡ ਨੇ। ਕਿਸੇ ਕੋਲ ਕੋਈ ਇਨਫੋਰਮੇਸ਼ਨ ਨਹੀਂ, ਅਗਰ ਨਹੀਂ ਵੀ ਹੈ ਤਾਂ ਮੈਂ ਆਲਵੇਜ਼ ਅਵੇਲੇਬਲ ਹੁੰਦਾ ਹੈ, ਚਾਹੇ ਸਕਾਈਪ 'ਤੇ ਹੋਣਾ ਹੈ ਜਾਂ ਫੋਰ ਐਗਜ਼ਾਮਪਲ ਅੱਜ ਕੱਲ੍ਹ ਵਟਸਐਪ ਕਾਫੀ ਚੱਲ ਰਿਹਾ ਤਾਂ ਵਟਸਐਪ 'ਤੇ ਵੀ ਅਵੇਲੇਬਲ ਹੋਣਾ। ਅਗਰ ਕੋਈ ਅਸੀਂ ਕੋਸ਼ਿਸ਼ ਕਰ ਦੇਂਗੇ ਟਰਨ ਅਰਾਊਂਡ ਟਾਈਮ ਜਿਹੜਾ ਸਟੂਡੈਂਟ ਨੂੰ ਕੰਟੈਕਟ ਕਰਨ ਦਾ, ਫੋਰ ਐਗਜ਼ਾਮਪਲ ਸ਼ੋਅਸ 'ਤੇ ਜਿਹੜੇ ਸਟੂਡੈਂਟ ਵੀ ਕਾਲ ਕਰ ਰਹੇ ਨੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ 24 ਆਵਰਸ 'ਚ ਉਹਨੂੰ ਕੰਟੈਕਟ ਜਾਂ ਕਰੀਏ, ਅਸੀਂ ਕਾਲ ਬੈਕ ਉਹਨੂੰ ਆਏ, ਪ੍ਰੋਪਰ ਉਹਨੂੰ ਕਾਉਂਸਲਿੰਗ ਮਿਲੇ। ਅਗਰ ਕੋਈ ਫੋਰ ਐਗਜ਼ਾਮਪਲ ਕਿਸੇ ਸਟੂਡੈਂਟ ਨੂੰ ਨਹੀਂ ਵੀ ਕੰਟੈਕਟ ਹੋ ਪਾਇਆ ਬਾਈ ਚਾਂਸ ਨੰਬਰ ਅਗਰ ਮਿਸ ਹੋ ਗਿਆ, ਤਾਂ ਫਿਰ ਵੀ ਵੈਬਸਾਈਟ 'ਤੇ ਲੌਗਇਨ ਕਰ ਸਕਦੇ ਨੇ medwayconsultants.com 'ਤੇ, ਉਹ ਜਾ ਕੇ ਉਹਦੇ ਵਿੱਚ ਵੀ ਕੰਟੈਕਟ ਨੰਬਰ ਹੈ, ਉਹਦੇ ਉਹ ਕੰਟੈਕਟ ਨੰਬਰ 'ਚ ਵੀ ਕਾਲ ਕਰ ਸਕਦੇ ਨੇ, ਦਿੱਲੀ ਆਫਿਸ 'ਤੇ ਵੀ ਕਾਲ ਕਰ ਸਕਦੇ ਨੇ, ਸਾਰੇ ਅਵੇਲੇਬਲ ਹੈ ਮੀਡੀਅਮ ਮਿਡਵੇ ਨੂੰ ਕੰਟੈਕਟ ਕਰਨ ਦੇ। ਤਾਂ ਜਲਦੀ ਜਲਦੀ ਕੰਟੈਕਟ ਕਰਕੇ ਆਪਣੇ ਅੱਗੇ ਜਿਹੜੀ ਫਾਈਲ ਹੈ, ਚਾਹੇ IPP ਹੋ, ਜਿਵੇਂ ਮੈਂ ਦੱਸਿਆ ਕਿ IPP ਦੇ ਕਈ ਕਾਲਜਸ ਦੇ ਇਨਟੇਕ ਹੁਣ ਨਵੰਬਰ ਇਨਟੇਕ 'ਚ ਨਵੰਬਰ ਵੀ ਹੈਗੇ ਨੇ, ਉਹਦੇ 'ਚ ਵੀ ਪ੍ਰੋਸੈਸ ਕਰਨ ਦਾ ਕਾਫੀ ਅੱਛਾ ਟਾਈਮ ਆ। 12ਵੀਂ ਪਾਸ ਸਟੂਡੈਂਟ ਜਿਹਨਾਂ ਦੇ ਆਇਲਸ ਸਕੋਰ ਹੈ ਜਾਂ ਇੰਗਲਿਸ਼ ਦੇ ਮਾਰਕਸ ਅੱਛੇ ਨੇ, ਜਿਵੇਂ ਮੈਂ ਬਾਰ ਬਾਰ ਕਹਿ ਰਿਹਾ ਕਿ ਆਇਲਸ ਅਜੇ ਵੀ ਮੈਂਡੇਟਰੀ ਨਹੀਂ ਹੈ, ਕੋਈ ਕੁਝ ਚੇਂਜ ਨਹੀਂ ਹੋਇਆ, ਬਟ ਇੰਗਲਿਸ਼ ਲੈਵਲ ਜ਼ਰੂਰ ਚੇਂਜ ਹੋਇਆ। ਅਗਰ ਕਿਸੇ ਸਟੂਡੈਂਟ ਦੀ ਇੰਗਲਿਸ਼ ਲੈਵਲ ਬਹੁਤ ਅੱਛੀ ਹੈ ਤਾਂ ਜ਼ਰੂਰ ਕੰਟੈਕਟ ਕਰੇ, ਵਿਦਆਊਟ ਆਇਲਸ ਅਜੇ ਵੀ ਪ੍ਰੋਸੈਸ ਹੋ ਰਿਹਾ। ਵੈਸੇ ਵੀ ਅੱਜ ਕੱਲ੍ਹ ਜਿਹੜਾ ਜ਼ਮਾਨਾ ਉਹ ਸਪੈਸ਼ਲਾਈਜੇਸ਼ਨ ਦਾ ਆ ਰਿਹਾ, ਕਿ ਚੰਗੀ ਗੱਲ ਹੈ ਕਿ ਤੁਸੀਂ ਭਾਵੇਂ ਕਿਸੇ ਵੀ ਫੀਲਡ 'ਚੋਂ, ਜੇ ਹੈਲਥ ਲਾਈਨ ਦੀ ਗੱਲ ਕਰ ਲਈਏ, ਦੰਦਾਂ ਦੇ ਡਾਕਟਰ ਦੀ ਆਪਣੀ ਇੱਕ ਤਜਰਬਾ ਹੈਗਾ, ਅੱਖਾਂ ਦਾ ਆਪਣਾ ਇੱਕ ਹਾਰਟ ਵਾਲਾ ਆਪਣਾ ਹੈਗਾ, ਸੋ ਐਜੂਕੇਸ਼ਨ ਦੇ ਵਿੱਚ ਵੀ ਇਸੇ ਤਰ੍ਹਾਂ ਹੋਣਾ ਚਾਹੀਦਾ। ਜੇ ਤੁਹਾਡੇ ਕੋਲ ਇੱਕ ਦੇਸ਼ ਹੈ ਤਾਂ ਤੁਹਾਡੇ ਕੋਲ ਉਸ ਚੀਜ਼ ਦੀ ਸਪੈਸ਼ਲਾਈਜੇਸ਼ਨ ਹੋਣੀ ਚਾਹੀਦੀ ਹੈ, ਤਾਂ ਹੀ ਇੱਕ ਜਿਹੜਾ ਕਲਾਇੰਟ ਹੈ ਜਾਂ ਦਰਸ਼ਕ ਹੈ ਜਾਂ ਸਟੂਡੈਂਟਸ ਹੈ ਉਹਨੂੰ ਇੱਕ ਇਸ ਚੀਜ਼ ਦਾ ਸਹੀ ਜਿਹੜਾ ਇੱਕ ਲਾਭ ਹੈ, ਮਾਇਨਾ ਹੈਗਾ, ਉਹ ਮਿਲ ਸਕਦਾ ਹੈਗਾ। ਥੈਂਕ ਯੂ ਜੀ, ਮਿਹਰਬਾਨੀ, ਸ਼ੁਕਰੀਆ, ਥੈਂਕ ਯੂ ਸੋ ਮਚ। ਕੱਲ੍ਹ ਆਪਣੇ 5 ਵਜੇ ਇਹੀ ਸ਼ੋਅ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਆਪਣੇ ਦੋਸਤ ਰਣਵੀਰ ਸਿੰਧੂ ਨਾਗੇ ਦੇ ਸ਼ੁਕਰੀਆ।